ਕੋਈ ਦਾਰੂ ਨਹੀਂ ਇਸ ਚੱਲੇ ਦਾ, ਕੀ ਕਰੀਏ ਰੋਗ ਅਵੱਲੇ ਦਾ, ਕੋਈ ਦਾਰੂ ਨਹੀਂ ਇਸ ਚੱਲੇ ਦਾ। ਚਾਹ ਜਿਹਾ ਚੜਿਆ ਰਹਿੰਦਾ ਏ, ਚਾਹ ਜਿਹਾ ਚੜਿਆ ਰਹਿੰਦਾ ਏ, ਉਂਗਲੀ ਵਿੱਚ ਪਾਏ ਛੱਲੇ ਦਾ। ਮੈਂ ਤੇਰੀ ਹੋ ਗਈ ਵੇ, ਮੈਂ ਤੇਰੀ ਹੋ ਗਈ ਵੇ, ਰਾਂਝਣਾ ਤੂੰ ਵੀ ਬਣ ਜਾ ਮੇਰਾ। ਮੈਂ ਤੇਰੀ ਹੋ ਗਈ ਵੇ, ਰਾਂਝਣਾ ਤੂੰ ਵੀ ਬਣ ਜਾ ਮੇਰਾ। ਮੈਂ ਝੂਠ ਨਾ ਬੋਲਾਂ ਵੇ, ਮੈਂ ਝੂਠ ਨਾ ਬੋਲਾਂ ਵੇ, ਸੋਹਣਿਆ ਇਸ਼ਕ ਬੋਲਦਾ ਤੇਰਾ ਬਣ ਜਾ ਮੇਰਾ। ਮੈਂ ਤੇਰੀ ਹੋ ਗਈ ਵੇ, ਰਾਂਝਣਾ ਤੂੰ ਵੀ ਬਣ ਜਾ ਮੇਰਾ। ਮੈਂ ਤੇਰੀ ਹੋ ਗਈ ਵੇ, ਰਾਂਝਣਾ ਤੂੰ ਵੀ ਬਣ ਜਾ ਮੇਰਾ। ਮੈਂ ਤੇਰੀ ਹੋ ਗਈ ਵੇ, ਰਾਂਝਣਾ ਤੂੰ ਵੀ ਬਣ ਜਾ ਮੇਰਾ। ਰਾਂਝਣਾ ਵੇ ਹੋਏ ਓ ਮੇਰੇ ਦਿਲ ਦੇ ਮਹਿਰਮਾ, ਰਾਂਝਣਾ ਵੇ ਹੋ ਮੇਰੇ ਦਿਲ ਦੇ ਮਹਿਰਮਾ। ਇੱਕ ਵਾਰ ਫਿਰ ਕਾਂਛੀ ਟੀਮ ਨਾਲ ਜੁੜ ਬੈਠੇ ਜਿੰਨੇ ਵੀ ਸਾਡੇ ਦਰਸ਼ਕ ਹਨ, ਯੂਕੇ, ਯੂਰਪ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇੰਤਜ਼ਾਰ ਕਰ ਰਹੇ ਸੀ ਬੈਠੇ, ਪ੍ਰੋਗਰਾਮ ਆਪਣੇ ਵਿਚਾਰ ਕਾਂਛੀ ਟੀਵੀ ਦੇ ਜ਼ਰੀਏ, ਉਹਨਾਂ ਦੇ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਨੇ ਖਤਮ। ਔਰ ਹਰ ਹਫ਼ਤੇ ਦੀ ਤਰ੍ਹਾਂ ਇੱਕ ਵਾਰੀ ਫਿਰ ਅੱਜ ਅਸੀਂ ਲੈ ਕੇ ਆਏ ਹਾਂ ਉਹੀ ਪ੍ਰੋਗਰਾਮ ਆਪਣੇ ਵਿਚਾਰ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਕੋਈ ਨਾ ਕੋਈ ਵੱਖਰਾ ਹੀ ਵਿਸ਼ਾ ਹੁੰਦਾ ਹੈ, ਜਿਸ ਵਿਸ਼ੇ 'ਤੇ ਅਸੀਂ ਤੁਹਾਡੇ ਰੂਬਰੂ ਹੋਈਦਾ ਹੈ, ਅਤੇ ਫਿਰ ਤੁਸੀਂ ਆਪਣੇ ਵਿਚਾਰਾਂ ਦੀ ਸਾਡੇ ਨਾਲ ਸਾਂਝ ਪਾਉਂਦੇ ਹੋ, ਔਰ ਅਸੀਂ ਆਪਣੇ ਵਿਚਾਰਾਂ ਦੀ ਤੁਹਾਡੇ ਨਾਲ ਸਾਂਝ ਪਾਈਦੀ ਹੈ, ਜਿੱਥੋਂ ਗੱਲ ਬਣਦੀ ਹੈ ਕਿ ਆਪਣੇ ਵਿਚਾਰ। ਸੋ ਬੜਾ ਮਨ ਪ੍ਰਸੰਨ ਹੁੰਦਾ ਹੈ ਤੁਹਾਡੇ ਵਿਚਾਰ ਸੁਣ ਕੇ। ਸੋ ਉਸੇ ਤਰ੍ਹਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਹੈ ਮੈਂ ਤੂੰ। ਕਿਉਂਕਿ ਇੱਕ ਮੈਂ, ਅਤੇ ਜਿੱਦਾਂ ਆਪਾਂ ਇੰਗਲਿਸ਼ ਮੀ ਵੀ ਕਹਿ ਦਈਦਾ, ਅਤੇ ਇੱਕ ਮੈਂ ਆਪਾਂ ਜਿਹਨੂੰ ਆਪਾਂ ਹਉਮੈ ਵੀ ਕਹਿ ਦਿੰਦੇ ਹਾਂ, ਹਉਮੈ ਵੀ ਹੈ ਅਤੇ ਜਿਹੜੀ ਗੱਲ 'ਚ ਆਉਂਦੀ ਹੈ ਤੂੰ। ਅਤੇ ਜਦੋਂ ਆਪਾਂ ਦੇਖੋ ਜੀ ਕਿਸੇ ਨੂੰ ਰਿਸ਼ਤੇਦਾਰ ਨੂੰ ਵੀ ਮਿਲਦੇ ਹਾਂ, ਪਹਿਲਾਂ ਜਾਣੀ ਕਿ ਗੱਲ ਉਹਨਾਂ ਦੀ ਤੁਸੀਂ ਤੋਂ ਸ਼ੁਰੂ ਹੁੰਦੀ ਹੈ, ਤੁਸੀਂ ਤੋਂ ਕਰਦੇ ਕਰਦੇ ਫਿਰ ਤੂੰ 'ਤੇ ਆ ਜਾਂਦੀ ਹੈ, ਵੀ ਜੇ ਕਿਤੇ ਗੁੱਸੇ ਗਿੱਲੇ ਵਾਲੀ ਗੱਲ ਹੋ ਜਾਵੇ ਤਾਂ ਫਿਰ ਤੂੰ ਮੈਂ ਵੀ ਹੋ ਜਾਂਦੀ ਹੈ। ਸੋ ਅੱਜ ਦਾ ਜੋ ਆਪਣੇ ਵਿਸ਼ਾ ਹੈ ਤੂੰ ਮੈਂ, ਤੋ ਅੱਜ ਆਪਾਂ ਗੱਲ ਕਰਾਂਗੇ ਤੂੰ ਮੈਂ 'ਤੇ। ਸੋ ਸਾਡੇ ਸਟੂਡੀਓ ਦਾ ਜੋ ਨੰਬਰ ਹੈ ਉਹ ਹੈ 03-00-770-22-46। ਚੱਕ ਲਓ ਫੋਨ, ਘੁਮਾ ਦਿਓ ਨੰਬਰ ਔਰ ਚਲੇ ਆਓ ਕਾਂਚੀ ਟੀਵੀ ਦੇ ਵਿਹੜੇ ਅੰਦਰ। ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪ੍ਰੋਗਰਾਮ ਆਪਣੇ ਵਿਚਾਰ, ਅਤੇ ਲਓ ਜੀ ਆਪਣੇ ਵਿਚਾਰਾਂ ਦੇ ਵਿੱਚ ਅੱਜ ਸਾਡੇ ਪਹਿਲੇ ਕੋਲਰ ਆਏ ਨੇ। ਸੋ ਆਪਾਂ ਦੇਖਦੇ ਹਾਂ ਕਿ ਅੱਜ ਉਹ ਆਪਣੇ ਕੀ ਵਿਚਾਰ ਲੈ ਕੇ ਆਏ ਹਨ ਤੂੰ ਅਤੇ ਮੈਂ ਅਤੇ ਮੀਆਂ ਜੀ। ਬਸ ਜਿੱਦਾਂ ਅੱਜ ਦੇਖੋ ਜੀ ਪ੍ਰੋਗਰਾਮ ਵੀ ਕਰ ਰਹੇ ਹਾਂ ਮੈਂ ਅਤੇ ਤੂੰ, ਸਹੀ ਹੈ ਨਾ? ਹਾਂਜੀ, ਫਿਰ ਕੋਲ ਲਓ ਜੀ। ਹਾਂਜੀ, ਹੈਲੋ ਜੀ, ਜੈਗ ਦੇ ਕੌਣ ਤਾਂ ਕਿੱਥੋਂ ਬੋਲਦੇ ਜੀ? ਮੈਂ ਤਾਂ ਦੋ ਤਿੰਨ ਕੁ ਸ਼ੇਰ ਹੀ ਲੈ ਕੇ ਆਈ ਆ ਜੀ, ਤੇ ਉਹ ਸਾਰਿਆਂ ਦੇ ਰੂਬਰੂ ਕਰੂੰਗੀ ਜੀ, ਤੇ ਇਹ ਤਿੰਨੇ ਸ਼ੇਰ ਮੈਂ ਮਨ ਸਾਹਿਬ ਦੇ ਨਾਂ ਕਰਦੀ ਆ। ਠੀਕ ਆ ਜੀ।
ਹਾਂਜੀ ਕਹਿੰਦੇ ਵੀ ਮੈਂ ਤੂੰ ਕਰਦੇ ਅਸੀਂ ਅੱਜ ਅਸੀਂ ਹੋਏ ਜੀ ਮੈਂ ਤੂੰ ਕਰਦੇ ਅੱਜ ਅਸੀਂ ਹਾਂ ਹੋਏ ਇਸ ਅਸੀਂ ਨੂੰ ਸਾਂਭ ਕੇ ਰੱਖਣਾ ਅਸੀਂ ਮਸੀਹ ਅਸੀਂ ਹੋਏ ਵਾਹ ਜੀ ਵਾਹ ਓਹੋ ਹੀ ਅਸੀਂ ਮੁਕਦਸ ਹੁੰਦੀ ਜਿਹੜੀ ਸੱਚ ਦੇ ਸੰਗ ਖਲੋਏ ਆਹਾ ਦੁੱਖਾਂ ਵਿੱਚ ਵੀ ਮੇਲੇ ਲੱਗਦੇ ਜੋ ਦੁੱਖ ਸੁੱਖ ਸਾਂਝੇ ਹੋਏ ਜੀ ਤੇ ਦੂਸਰਾ ਹੈਗਾ ਆ ਸਵੇਰ ਦਾ ਪਹਿਲਾ ਖਿਆਲ ਆ ਤੂੰ ਸਵੇਰ ਦਾ ਪਹਿਲਾ ਖਿਆਲ ਆ ਤੂੰ ਰਾਤ ਦੀ ਆਖਰੀ ਯਾਦ ਆ ਤੂੰ ਓਏ ਹੋਏ ਹੋਏ ਵਾਹ ਜੀ ਕਦੇ ਮਿੱਠੀ ਜਿਹੀ ਹਵਾ ਆ ਤੂੰ ਜੀ ਤੇ ਕਦੇ ਮਿੱਠੀ ਜਿਹੀ ਬਰਸਾਤ ਆ ਤੂੰ ਵਾਹ 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 ਅੱਖਾਂ ਬੰਦ ਕਰਕੇ ਹੀ ਜੋ ਚਿਹਰੇ ਤੋਂ ਆਉਂਦੀ ਮੁਸਕਾਨ ਆ ਤੂੰ ਓਹੋ ਮੇਰੇ ਜੀਣ ਦੀ ਇੱਕ ਆਸ ਆ ਤੂੰ ਜੀ ਮੇਰੇ ਦਿਲ ਦੀ ਪਿਆਸ ਆ ਤੂੰ ਕੀ ਬਾਤ ਹੈ ਜਿਸ ਅੱਗੇ ਸਿਰ ਝੁੱਕ ਜਾਏ ਉਹ ਖੁਦਾ ਆ ਤੂੰ ਕੀ ਬਾਤ ਹੈ ਵਾਹ ਜੀ ਮੇਰੀ ਜਾਨ ਵੀ ਆ ਤੂੰ ਮੇਰਾ ਸਨਮਾਨ ਵੀ ਆ ਤੂੰ ਆਹਾ ਮੈਂ ਤੇਰਾ ਹੀ ਸੀ ਤੇਰਾ ਹੀ ਰਹੂੰਗਾ ਇਹ ਜਾਣ ਲੈ ਤੂੰ ਵਾਹ ਜੀ ਤੇ ਇੱਕ ਹੋਰ ਆ ਕਹਿੰਦੇ ਤੂੰ ਟਾਹਣੀ ਤੇ ਅਸੀਂ ਪੱਤੇ ਆ ਆਹਾ ਤੂੰ ਟਾਹਣੀ ਤੇ ਅਸੀਂ ਪੱਤੇ ਆ ਤੂੰ ਕਾਪੀ ਤੇ ਅਸੀਂ ਗੱਤੇ ਆ ਜੀ ਤੇਰੀ ਖੁਸ਼ੀ ਨੂੰ ਦੂਣਾ ਕਰ ਜੋ ਰੌਣਕ ਦੇ ਉਹ ਟੱਪੇ ਆ ਤੂੰ ਪਾ ਕੋਈ ਬਾਤ ਵਿਲੱਖਣ ਜਿਹੀ ਸਾਡੀ ਜ਼ਿੰਮੇਦਾਰੀ ਹੰਗਾਰਿਆਂ ਦੀ ਵਾਹ ਜੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਕੀ ਬਾਤ ਹੈ ਵਾਹ ਜੀ ਬੀਬੀ ਜੀ ਹਾਂਜੀ ਇਹ ਦੋ ਤਿੰਨ ਸ਼ੇਰ ਸੀਗੇ ਕਬੂਲ ਕਰਿਓ ਤੇ ਜਿੰਨੇ ਆਉਣ ਵਾਲੇ ਚੁੱਪ ਕਰਕੇ ਸੁਣਦੇ ਆ ਤਾਂ ਤੁਹਾਨੂੰ ਵੀ ਪਿਆਰੀ ਪਿਆਰੀ ਜੈਗ ਦੇ ਧੰਨ ਗੁਰਦੇਵ ਬੀਬੀ ਜੀ ਧੰਨ ਗੁਰਦੇਵ ਵਾਹ ਜੀ ਸਾਡੀ ਬੀਬੀ ਆਸ਼ਾ ਮਲ ਜੀ ਜੋ ਕਿ ਕਿੰਨੇ ਵਧੀਆ ਵਿਚਾਰ ਦੇ ਕੇ ਗਏ ਹਨ ਆਪਣੇ ਜੀਵਨ ਸਾਥੀ ਹੋਰਾਂ ਦੇ ਨਾਂ 'ਤੇ ਸਮਰਪਿਤ ਕੀਤੇ ਨੇ ਸੋ ਦੁਆ ਕਰਦੇ ਹਾਂ ਮਾਲਕ ਅੱਗੇ ਅਤੇ ਇਹੋ ਜਿਹੀਆਂ ਜਿਹੜੀਆਂ ਪਿਆਰ ਭਰੀਆਂ ਜੋੜੀਆਂ ਹੁੰਦੀਆਂ ਨੇ ਉਹਨਾਂ ਦਾ ਸਹੀ ਸਲਾਮਤ ਰੱਖੇ ਸਦਾ ਖੁਸ਼ ਰੱਖੇ ਬਸ ਤੂੰ ਅਤੇ ਮੈਂ ਅਤੇ ਤੂੰ ਖੁਸ਼ ਰਹੋ ਜੀ ਅਤੇ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਅੱਜ ਆਪਾਂ ਤੂੰ ਅਤੇ ਮੈਂ ਜੀ ਮੈਂ ਤਾਂ ਅੱਗੇ ਗਾਉਂਦਾ ਹੀ ਮੈਂ ਗਾ ਵੀ ਹਟਿਆ ਹੁਣ ਮੈਂ ਤੂੰ ਤਾਂ ਨਹੀਂ ਕਹਿਣਾ ਤੁਹਾਨੂੰ ਤੁਸੀਂ ਤੋਂ ਸ਼ੁਰੂ ਕਰਦਾ ਹਾਂਜੀ ਅਤੇ ਬਾਅਦ 'ਚ ਦੇਖਾਂਗੇ ਜੇ ਕਿਤੇ ਤੈਨੂੰ ਮੈਂ ਤੂੰ ਮੈਂ ਹੋ ਗਈ ਤਾਂ ਫਿਰ ਦੇਖੀ ਜਾਓ ਚਲੋ ਇੱਦਾਂ ਕਰੋ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਜੀ ਤੁਹਾਡੀ ਡਿਮਾਂਡ ਬਹੁਤ ਹੋ ਰਹੀ ਹੈ ਨਹੀਂ ਤੁਸੀਂ ਨਾ ਐਵੇਂ ਨਹੀਂ 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 ਆਮਿਨ ਬਾਲੀ ਦਾ ਸ਼ੂਗਰ ਖਿਲਾਰੀ ਜਾਓ ਸ਼ੂਗਰ ਨਹੀਂ ਆ ਜੀ ਦੇਖੋ ਕਹਿੰਦੇ ਹੁੰਦੇ ਆ ਤਾਰੀਫ ਵੀ ਉਸ ਇਨਸਾਨ ਦੀ ਹੁੰਦੀ ਆ ਜੋ ਤਾਰੀਫ ਦੇ ਕਾਬਲ ਹੋ ਸ਼ਾਬਾਸ਼ ਥੈਂਕ ਯੂ ਤੁਸੀਂ ਇਹਦੇ ਕਾਬਲ ਹੋ ਦੇਖੋ ਪਿਛਲੇ ਹਫ਼ਤੇ ਵੀ ਸਾਡੇ ਲੰਡਨ ਤੋਂ ਟੈਲੀਫੋਨ ਆਇਆ ਸੀ ਬੀਬਾ ਜੀ ਕਹਿੰਦੇ ਵੀ ਗੋਰਾ ਪੰਜਾਬੀ ਬੋਲਦਾ ਪਰ ਤੁਸੀਂ ਉਹਨਾਂ ਨੂੰ ਬੋਲ ਕੇ ਸੁਣਾ ਦਿੱਤਾ ਸੀ ਵੀ ਵਾਕਿਆ ਪੰਜਾਬੀ ਆਉਂਦੀ ਆ ਅਤੇ ਅੱਜ ਹੁਣ ਪੰਜਾਬੀ ਦੇ ਵਿੱਚ ਦੇਖੋ ਵੀ ਤੂੰ ਅਤੇ ਮੈਂ ਅਤੇ ਅੱਜ ਤੁਸੀਂ ਕੀ ਲੈ ਕੇ ਆਏ ਹੋ ਇਹ ਜ਼ਰਾ ਸੁਣਾਓ ਚਲੋ ਸੁਣਾ ਦਿੰਦੇ ਦੋ ਟੱਪੇ ਲਾਓ ਜੀ ਜ਼ਰਾ ਸੁਰ ਡੂ ਯੂ ਨੋ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਨੋ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਡੂ ਯੂ ਨੋ ਮੈਂ ਉੱਤੇ ਕਿੰਨਾ ਮਾਰਦਾ ਡੂ ਯੂ ਨੋ ਤੇਰੇ ਲਈ ਮੈਂ ਪਿੰਡ ਛੱਡਿਆ ਹੋਏ ਹੋਏ ਡੂ ਯੂ ਨੋ ਤੇਰੇ ਲਈ ਲੋਕ ਨਾਲ ਲੜਿਆ ਡੂ ਯੂ ਨੋ
ਮੈਂ ਤੈਨੂੰ ਕਿੰਨਾ ਪਿਆਰ ਕਰਦਾ ਜਿੰਨਾ ਹੋ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਜਿੰਨਾ ਹੋ ਮੈਂ ਕਿੰਨਾ ਤੈਨੂੰ ਪਿਆਰ ਕਰਦਾ। ਵਾਹ ਜੀ ਵਾਹ, ਕਿਆ ਬਾਤ ਹੈ। ਹੈਂ ਕਹਿੰਦੇ ਭਾਈ ਡੂ ਯੂ ਨੋ ਮੈਂ ਤੇਰੇ ਨਾਲ ਕਿੰਨਿਆਂ ਲਈ ਲੜਨਾ। ਵਾਹ ਜੀ ਵਾਹ। ਸਾਡੇ ਤੁਸੀਂ ਹੁਣ ਮਹਾਰਾਜ ਇਹ ਦੱਸਣਾ ਕਿ ਸਾਡੇ ਕੈਦ ਸਾਹਿਬ ਜੀ ਹੋਰਾਂ ਦਾ ਗਾਣਾ ਤੁਹਾਨੂੰ ਕਿਸ ਤਰ੍ਹਾਂ ਲੱਗਾ? ਸਾਡੇ ਜਿੰਨੇ ਵੀ ਕੋਲਰ ਆ ਰਹੇ ਨੇ ਪਹਿਲਾਂ ਤੁਸੀਂ ਇਹਨਾਂ ਦੇ ਗੀਤ ਬਾਰੇ ਜਾਣ ਕੇ ਦੱਸਣਾ ਸਾਨੂੰ ਕਿਵੇਂ ਲੱਗਾ। ਚਲੋ ਕੋਲ ਲਓ ਜੀ। ਹੈਲੋ ਜੀ, ਜੈ ਗੁਰਦੇਵ ਕੌਣ ਦਾ, ਕਿੱਥੋਂ ਬੋਲਦੇ ਜੀ? ਹਾਂਜੀ ਧੰਨ ਗੁਰਦੇਵ ਜੀ। ਧੰਨ ਗੁਰਦੇਵ ਜੀ। ਵਾਹ ਜੀ, ਆਵਾਜ਼ ਤੋਂ ਤਾਂ ਇੱਦਾਂ ਲੱਗਦਾ ਕਿ ਇਹ ਆਵਾਜ਼ ਲੈਸਟਰ ਤੋਂ ਆਈ ਹੈ। ਲੱਗਦਾ ਹੈ ਹੀ ਹੈਗੀ ਆ, ਹੈਗੇ ਆ। ਆਓ ਜੀ ਰਜਿੰਦਰ ਜੀ। ਬੜਾ ਸੋਹਣਾ ਗੋਰੇ ਨੇ ਗਾਣਾ ਗਾਇਆ ਆਏ ਹੈ। ਦੇਖ ਲਓ ਜੀ, ਅਸੀਂ ਹਨਾ ਹੁਣ ਹੈ ਗੋਰਾ ਪੰਜਾਬੀ ਬਣਾਤਾ। ਤੋਤੇ ਮੰਗ ਰਟਿਆ ਲੱਗਦਾ ਕੀ ਤੇ। ਦੇਖ ਲਓ ਜੀ, ਕਮਾਲ ਕਰ ਦਿੱਤੀ। ਬਲਵੀਰ ਜੀ, ਡੇ ਬਾਈ ਡੇ ਕਮਾਲ ਕਰੀ ਜਾਂਦੇ ਆ। ਹੁਣ ਮੰਮੀ ਜੀ ਨੂੰ ਪਤਾ ਆਪਾਂ ਕੀ ਕਹਿਣਾ ਆ, ਇਹਨਾਂ ਦੀ ਰਿਕਾਰਡਿੰਗ ਕਰੋ। ਸ਼ਾਬਾਸ਼, ਥੈਂਕ ਯੂ ਤੁਹਾਡਾ। ਹਾਂ ਜੀ, ਇਹਨਾਂ ਦੀ ਰਿਕਾਰਡਿੰਗ ਕਰਨੀ ਪੈਣੀ ਆ, ਪਤਾ ਤਾਂ ਲੱਗੇ ਹਨਾ ਤੇ ਇਹ ਬਲਵੀਰ ਸਿੰਘ ਜੀ ਗਾ ਰਹੇ ਆ ਗੋਰਾ। ਨਾ ਰਜਿੰਦਰ ਜੀ, ਰਿਕਾਰਡਿੰਗ ਹੋ ਰਹੀ ਆ, ਦੇਖੋ ਸਾਰੇ ਇੰਨੇ ਕਿੰਨੇ ਜਾਣ ਕੇ ਇਹਨਾਂ ਦੇ ਦਰਸ਼ਕ ਦੇਖ ਰਹੇ ਆ। ਸਾਡੀ ਰਿਕਾਰਡਿੰਗ ਸਾਡੇ ਕੋਲ ਘਰ ਪਈ, ਲਾਈਵ ਹੋ ਰਿਹਾ ਜੀ ਸਾਰਾ ਕੁਝ। ਇਹੀ ਤਾਂ ਗੱਲ ਆ। ਹਾਂਜੀ ਹਾਂਜੀ, ਕੀ ਲੈ ਕੇ ਆਇਓ ਤੁਸੀਂ? ਕੰਛੀ ਟੀਵੀ ਵਾਲਿਆਂ ਦੀ। ਹਾਂਜੀ, ਕੰਛੀ ਟੀਵੀ ਜਿੰਦਾਬਾਦ। ਥੈਂਕ ਯੂ ਜੀ। ਫ੍ਰੀ ਦੀ ਐਡਵਰਟਾਈਜ਼ਮੈਂਟ ਕਰੀ ਜਾਂਦੇ ਆ। ਹਾਂਜੀ, ਮੈਂ ਪਤਾ ਪਹਿਲਾਂ ਤਾਂ ਜੈ ਗੁਰਦੇਵ ਧੰਨ ਗੁਰਦੇਵ ਕਹਿੰਦੀ ਆ, ਜਿੰਨੇ ਵੀ ਕੰਛੀ ਟੀਵੀ ਨੂੰ ਦੇਖ ਰਹੇ ਨੇ। ਹਾਂਜੀ, ਤਾਂ ਇੱਕ ਗੀਤ ਮੈਂ ਲੱਭ ਕੇ ਲਿਆਈ ਆ, ਤਾਂ ਉਹ ਪਤਾ ਗੀਤ ਦਾ ਹੈਡਿੰਗ ਹੈਗਾ ਆ, ਆ ਸੋਹਣਿਆ ਵੇ। ਆ ਸੋਹਣਾ ਬਹੁਤ ਪੁਰਾਣੀ ਗੀਤਾਂ ਵਾਲੀ ਬੁੱਕ ਹੈਗੀ ਸੀਗੀ, ਉਹ ਕਿਸੇ ਕੁੜੀ ਨੇ ਮੈਨੂੰ ਭੇਜਿਆ ਗਾਣਾ, ਤੇ ਹੁਣ ਆਪਾਂ ਦੇਖਦੇ ਆ ਗਾ ਕੇ ਕੀ ਕਹਿੰਦਾ। ਦੇਖਣਾ ਕੀ ਆ ਰਜਿੰਦਰ ਜੀ, ਤੁਸੀਂ ਕਹਿੰਦੇ ਆ ਸੋਹਣਿਆ ਵੇ, ਸਾਡਾ ਸੋਹਣਾ ਤਾਂ ਬੈਠਾ ਦੇਖੋ। ਸੋਹਣਾ ਬੈਠਾ, ਮੈਂ ਤਾਂ ਅੱਗੇ ਕਹਿ ਰਹੀ ਹਾਂ, ਹੁਣ ਸੁਣਾ ਰਹੀ ਹਾਂ ਗੀਤ। ਮੈਂ ਤੁਹਾਨੂੰ ਇਹ ਗੱਲ ਦੱਸਦਾ, ਕੱਲ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਕੋਈ ਸ਼ੇਰ ਵਗੈਰਾ ਸੁਣਾਇਓ ਅੱਜ, ਤੇ ਮੈਂ ਕਿਹਾ ਕਿੱਦਾਂ ਜੀ ਸ਼ੇਰ ਸੁਣਾਉਂਗੇ। ਮੈਂ ਇਹੀ ਕਿਹਾ ਵੀ ਜਿਹੜਾ ਮੈਂ ਤੈਨੂੰ ਸੁਣਾਇਆ ਉਹ ਸੁਣਾ ਦਿਓ ਤੁਸੀਂ। ਹਾਂ, ਮੈਨੂੰ ਪਤਾ ਕੀ ਕਹਿੰਦੇ। ਹਾਂਜੀ, ਕਹਿੰਦੇ ਤੂੰ ਸੋਹਣੀ ਮੈਂ ਸੋਹਣਾ, ਸ਼ੇਰ ਸੁਣਾਇਆ ਇਹਨਾਂ ਨੇ ਮੈਨੂੰ, ਤੂੰ ਸੋਹਣੀ ਮੈਂ ਸੋਹਣਾ, ਤੂੰ ਸੋਹਣੀ ਮੈਂ ਸੋਹਣਾ, ਪਰ ਕਹਿੰਦਾ ਤੂੰ ਇੰਨੀ ਸੋਹਣੀ ਨੀ ਜਿੰਨਾ ਮੈਂ ਸੋਹਣਾ। ਮੈਂ ਕਿਹਾ ਕਿਆ ਬਾਤ ਹੈ ਜੀ, ਸਹੀ ਗੱਲ ਹੈ, ਸਹੀ ਗੱਲ। ਹਾਂਜੀ ਰਜਿੰਦਰ ਜੀ, ਹੁਣ ਤੁਸੀਂ ਲਿਆਓ ਜੀ। ਅੱਛਾ, ਕੀ ਲੈ ਕੇ ਆਏ ਹੋ ਆਪਣੀ ਪਟਾਰੀ ਦੇ ਵਿੱਚ? ਕਹਿੰਦੀ ਕਾਲ ਜੈਨੂੰ ਖੋ ਗਿਆ ਮੇਰੇ ਨਾਲ ਕੀ ਹੋ, ਵੇ ਕਹਿੰਦੀ ਕਾਲ ਜੈਨੂੰ ਖੋ, ਕਹਿੰਦੀ ਕਾਲ ਜੈਨੂੰ ਖੋ ਗਿਆ ਮੇਰੇ ਨਾਲ ਕੀ ਹੋ, ਪਤਾ ਲੱਗੇ ਨਾ ਕਿਧਰ ਨੂੰ ਜਾਵਾਂ ਮੈਂ ਗਲੀ ਗਲੀ, ਪਾਲਦੀ ਫਿਰਾਂ ਨਾਲੇ ਪੁੱਛਦੀ ਫਿਰਾਂ ਵੇ ਸਰਨਾਮਾ, ਮੈਂ ਗਲੀ ਗਲੀ ਪਾਲਦੀ ਫਿਰਾਂ ਵੇ ਨਾਲੇ ਪੁੱਛਦੀ ਫਿਰਾਂ ਵੇ ਸਰਨਾਮਾ, ਮੈਂ ਗਲੀ ਗਲੀ ਪਾਲਦੀ ਫਿਰਾਂ, ਤੇਰੇ ਵੇਹ ਜਰ ਵਿੱਚ ਵੇਖ ਜਰਾ ਆ ਕੇ ਕਿਵੇਂ, ਤੇਰੇ ਵੇਹ ਜਰ ਵਿੱਚ ਵੇਖ ਜਰਾ ਆ ਕੇ ਕਿਵੇਂ,
ਹੋਈਆਂ ਮੈਂ ਸੁੱਕ ਕੇ ਤਿਲਾ, ਹੋਈਆਂ ਮੈਂ ਸੁੱਕ ਕੇ ਹੈ ਤਿਲਾ, ਲੱਖਾਂ ਮੈਂ ਯਤਨ ਕੀਤਾ, ਲੱਖਾਂ ਮੈਂ ਯਤਨ ਕੀਤਾ, ਇੱਕ ਤੇਰੀ ਦੀਦ ਲਈ ਚੱਲਿਆ ਨਾ ਮੇਰਾ ਕੋਈ ਹਿਲਾ, ਚੱਲਿਆ ਨਾ ਮੇਰਾ ਕੋਈ ਹਿਲਾ, ਹਾਰ ਹੰਝੂਆਂ ਪਰੋਵਾਂ ਹੈ, ਹਾਰ ਹੰਝੂਆਂ ਪਰੋਵਾਂ ਲੇਖਾ ਲੇਖਿਆਂ ਨੂੰ ਰੋਵਾਂ, ਹਾਰ ਹੰਝੂਆਂ ਪਰੋਵਾਂ ਲੇਖਾ ਲੇਖਿਆਂ ਨੂੰ ਰੋਵਾਂ, ਮੈਨੂੰ ਖਾਂਦੀਆਂ ਹੋ ਵੱਡੇ ਵੱਡੇ ਥਾਵਾਂ, ਮੈਨੂੰ ਖਾਂਦੀਆਂ ਹੋ ਵੱਡੇ ਵੱਡੇ ਥਾਵਾਂ, ਮੈਂ ਗਲੀ ਗਲੀ ਭਾਲਦੀ ਫਿਰਾਂ ਵੇ ਨਾਲੇ ਪੁੱਛਦੀ ਫਿਰਾਂ ਵੇ ਸਰਨਾਵਾਂ, ਮੈਂ ਗਲੀ ਗਲੀ ਭਾਲਦੀ ਫਿਰਾਂ, ਤੇਰੀਆਂ ਉਡੀਕਾਂ ਵਿੱਚ ਕੱਟਦੀ ਦਿਹਾੜੇ ਚੰਨਾ, ਐਵੇਂ ਤੇਰੀਆਂ ਉਡੀਕਾਂ ਵਿੱਚ ਕੱਟਦੀ ਦਿਹਾੜੇ ਚੰਨਾ, ਅੱਜ ਨਾ ਕੋਈ ਜਿੰਦੜੀ ਨਮਾਣੀ ਦਾ, ਅੱਜ ਨਾ ਕੋਈ ਜਿੰਦੜੀ ਨਮਾਣੀ ਦਾ, ਤੇਰੇ ਵੇ ਵਿਛੋੜੇ ਵਿੱਚ ਤੜਫਾਂ ਮੈਂ ਦਿਨੇ ਰਾਤੀ, ਮੱਛੀ ਨੂੰ ਵਿਛੋੜਾ ਜਿਵੇਂ ਪਾਣੀ ਦਾ, ਮੱਛੀ ਨੂੰ ਵਿਛੋੜਾ ਜਿਵੇਂ ਪਾਣੀ ਦਾ, ਬਾਬਾ ਤੰਗ ਤੰਗ ਨਾਲੇ ਮੱਸਿਆ ਨਹਾਓ, ਜਿਵੇਂ ਦੀਦ ਕਮਲੇ ਦੀ ਪਾਵਾਂ, ਗਲੀ ਗਲੀ ਪਾਲੀ ਦੀ ਫਿਰਾਂ ਦੇ ਨਾਲੇ ਪੁੱਛਦੀ ਫਿਰਾਂ ਸਰਨਾਵਾਂ, ਗਲੀ ਗਲੀ ਪਾਲਦੀ ਫਿਰਾਂ, ਮੈਂ ਗਲੀ ਗਲੀ ਪਾਲਦੀ ਫਿਰਾਂ, ਗਲੀ ਗਲੀ ਪਾਲਦੀ ਫਿਰਾਂ। ਥੈਂਕ ਯੂ ਜੀ। ਵਾਹ ਜੀ ਰਜਿੰਦਰ ਜੀ, ਅੱਜ ਤੋਂ ਬਾਅਦ ਤੁਹਾਨੂੰ ਗਲੀ ਗਲੀ ਜਾਣੀ ਕਿ ਭਾਲਣਾ ਨਹੀਂ ਪੈਣਾ, ਤੁਹਾਡੇ ਸਾਹਮਣੇ ਬੈਠੇ। ਬਹੁਤ ਬਹੁਤ ਧੰਨਵਾਦ ਜੀ ਰਜਿੰਦਰ ਜੀ ਲੈਸਟਰ ਤੋਂ। ਕਿਆ ਬੁਲੰਦ ਵਾਹ ਜੀ ਸਾਡੇ ਰਜਿੰਦਰ ਜੀ ਲੈਸਟਰ ਤੋਂ ਆਪਣੇ ਮਿੱਠੇ ਮਿੱਠੇ ਬੋਲਾਂ ਨਾਲ, ਕਿਆ ਬਾਤ ਹੈ, ਇੰਨਾ ਸੋਹਣਾ ਗੀਤ ਸੁਣਾ ਕੇ ਗਏ ਨੇ, ਧੰਨਵਾਦ ਕਰਦੇ ਹਾਂ। ਤਾਂ ਇਸ ਦੇ ਨਾਲ ਹੀ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਦੋਂ ਵੀ ਅਸੀਂ ਸਟੂਡੀਓ ਦੇ ਵਿੱਚ ਆਈਦਾ ਹੈ ਤਾਂ ਅਸੀਂ ਹਮੇਸ਼ਾ ਹੀ ਸਾਡੇ ਵੀਰ ਵਿਜੇ ਮੋਮੀ ਜੀ ਹੋਰਾਂ ਦੇ ਨਾਲ ਜ਼ਰੂਰ ਆਪਣੇ ਵਿਚਾਰਾਂ ਦੀ ਸਾਂਝ ਪਾਈਦੀ ਆ, ਕਿਉਂਕਿ ਸਾਨੂੰ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤਾਂ ਅੱਜ ਵੀ ਹੁਣ ਜਿਸ ਤਰ੍ਹਾਂ ਆਏ ਸੀ ਅਤੇ ਗੱਲ ਕੀਤੀ ਮੋਮੀ ਜੀ ਹੋਰਾਂ ਨਾਲ ਕਿ ਮੋਮੀ ਜੀ ਤੂੰ ਮੈਂ ਤੂੰ, ਇਹਦੇ 'ਤੇ ਚਾਨਣਾ ਪਾਓ। ਤਾਂ ਉਹਨਾਂ ਨੇ ਆਪਣੇ ਵਿਚਾਰ ਦੱਸੇ ਕੁਝ ਇਸ ਤਰ੍ਹਾਂ, ਕਹਿੰਦੇ ਮੈਂ ਨਹੀਂ ਰਿਹਾ, ਮੈਂ ਨਹੀਂ ਰਿਹਾ, ਜਦੋਂ ਵਿਜੇ ਮੋਮੀ ਦੀ ਮੈਂ ਦੇ ਵਿੱਚ ਤੂੰ ਵੱਸ ਗਈ ਹੈ, ਜਦੋਂ ਵਿਜੇ ਮੋਮੀ ਦੀ ਮੈਂ ਦੇ ਵਿੱਚ ਤੂੰ ਵੱਸ ਗਈ ਹੈ, ਤੂੰ ਵੱਸ ਗਈ ਹੈ, ਤੂੰ ਵੱਸ ਗਈ ਹੈ। ਮੈਂ ਕਿਹਾ ਕਿਆ ਬਾਤ ਹੈ ਜੀ। ਅਤੇ ਇਹਦੇ ਨਾਲ ਉਹਨਾਂ ਨੇ ਫਿਰ ਹੱਸ ਕੇ ਸਾਡੇ ਆਸਾ ਸਿੰਘ ਮਸਤਾਨਾ ਜੀ ਹੋਰਾਂ ਦੀਆਂ ਗਾਈਆਂ ਹੋਈਆਂ ਥੋੜ੍ਹੀਆਂ ਕੁ ਲਾਈਨਾਂ ਸੁਣਾਈਆਂ। ਕਹਿੰਦੇ ਕਟੋਰੇ ਦੁੱਧ ਦੇ ਵਾਂਗੂੰ ਸੁਹਾਣੀ ਰਾਤ ਹੋਵੇਗੀ,
ਜਦੋਂ ਤੂੰ ਚੰਨ ਵੇਖੇਗੀ ਤੇ ਤੇਰੀ ਅੱਖ ਰੋਵੇਗੀ, ਜਦੋਂ ਤੂੰ ਚੰਨ ਵੇਖੇਗੀ ਤੇ ਤੇਰੀ ਅੱਖ ਰੋਵੇਗੀ, ਮੈਂ ਤੈਨੂੰ ਯਾਦ ਆਵੇਗਾ, ਯਾਦ ਆਵਾਂਗਾ, ਤੈਨੂੰ ਯਾਦ ਆਵਾਂਗਾ, ਯਾਦ ਆਵਾਂਗਾ। ਸੋ ਸਾਡੇ ਵਿਜੇ ਮੋਮੀ ਜੀ ਹੋਰਾਂ ਨੇ ਹੱਸ ਕੇ ਇਹ ਸਾਨੂੰ ਸੁਣਾਇਆ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵਿਜੇ ਮੋਮੀ ਜੀ ਹੋਰਾਂ ਦਾ। ਅਤੇ ਇਹਦੇ ਨਾਲ ਚੱਲਦੇ ਆਪਾਂ ਅਗਲੀ ਕੋਲ ਵੱਲ ਨੂੰ। ਲਓ ਵੀਰ ਜੀ ਅਗਲੀ ਕੋਲ। ਹੈਲੋ ਜੀ, ਜੈ ਗੁਰਦੇਵ, ਕਦੋਂ ਕਿੱਥੋਂ ਬੋਲਦੇ ਜੀ? ਹੈਲੋ ਜੀ, ਜੈ ਗੁਰਦੇਵ ਜੀ, ਬਲਵੀਰ ਬਸਰਾ ਬੋਲ ਰਿਹਾ। ਆਓ ਜੀ, ਆਓ ਜੀ ਬਸਰਾ ਜੀ, ਆਓ ਜੀ, ਆਓ ਜੀ ਜੀ। ਹਾਂ, ਠੀਕ ਠਾਕ, ਥੈਂਕ ਯੂ ਜੀ, ਥੈਂਕ ਯੂ। ਬੜੇ ਪਿਆਰੇ ਮਹਾਰਾਜ ਲੱਗ ਰਹੇ ਆ, ਬਹੁਤ ਸੋਹਣੇ ਸੋਹਣੇ ਪੁਸ਼ਾਕਾਂ ਪਾਈਆਂ ਆ। ਅਤੇ ਜੀ ਜੀ, ਜੀ ਕਰਦਾ ਕਿ ਸਾਨੂੰ ਅੱਜ ਚਾਹ 'ਤੇ ਕਿਉਂ ਨਾ ਬੁਲਾਇਆ ਜਾਵੇ, ਹੈ ਨਾ। ਚਲੋ, ਅਤੇ ਜਿਹੜਾ ਸੌਂਗ ਮੈਂ ਤਿਆਰ ਕੀਤਾ ਹੈਗਾ ਜੀ, ਇਸੇ ਤਰ੍ਹਾਂ ਤਰ੍ਹਾਂ ਦਾ ਹੈਗਾ, ਅਤੇ ਮੇਰੇ ਤੁਹਾਨੂੰ ਜੀ ਐਂ ਕਰਨ ਨੂੰ ਜੀ ਕਰਦਾ ਹੈਗਾ। ਇਹ ਕੀ ਹੋ ਨਾ ਭਾਈ, ਇੱਕ ਦਿਨ ਅਸੀਂ ਹੱਥ ਮਿੰਟ ਦੇ ਬਾਈ ਕਿਚਨ ਦੇ ਵਿੱਚ ਕੇ ਚਾਹ ਬਣਾ ਰਿਹਾ ਤੁਸੀਂ। ਨਹੀਂ ਬਸਰਾ ਜੀ, ਇੱਕ ਮਿੰਟ, ਤੁਸੀਂ ਕਹਿੰਦੇ ਚਾਹ 'ਤੇ ਬੁਲਾਉਣ ਨੂੰ ਦਿਲ ਕਰਦਾ। ਹਾਂਜੀ, ਅਸੀਂ ਤਾਂ ਤੁਸੀਂ ਚਰ ਜੇ ਦੇਖੋ ਹੁਣ, ਅਸੀਂ ਤਾਂ ਆਏ ਹੋਏ ਹਾਂ ਹੁਣ, ਜੇ ਤੁਸੀਂ ਚਾਹ ਬਣਾ ਸਕਦੇ ਹੋ ਤਾਂ ਬਣਾ ਦਿਓ। ਮੈਂ ਉਹੀ ਤਾਂ ਕਹਿੰਦਾ, ਤੁਸੀਂ ਆਏ ਹੋ ਬਸ, ਹੁਣ ਚਾਹ ਦੀ ਤਿਆਰੀ ਕਰਨ ਲੱਗੇ ਹੈਗੇ ਤੁਹਾਡੇ ਵਾਸਤੇ। ਚਲੋ ਠੀਕ ਆ ਜੀ, ਆ ਜਾਓ, ਆ ਜਾਓ। ਗੀਤ ਤਾਂ ਮੇਰੇ ਕੋਲ ਹੋਰ ਬਹੁਤ ਸੀਗੇ, ਅੱਜ ਇਹਨੂੰ ਥੋੜ੍ਹਾ ਕੋਮੇਡੀਅਨ ਗੀਤ ਹੈਗਾ ਮੈਂ ਪੇਸ਼ ਕਰਨ ਜਾ ਰਿਹਾ ਹੈਗਾ ਜੀ, ਬੜਾ ਪਿਆਰਾ ਸੌਂਗ ਹੈਗਾ ਜੀ। ਸੋ ਜੀ ਹਾਂ, ਬਿਲਕੁਲ। ਜੇ ਤੂੰ ਲੈਚੀਆਂ ਤੇ, ਜੇ ਤੂੰ ਲੈਚੀਆਂ ਤੇ, ਮੈਂ ਹਾਂ ਤੇਰਾ ਲੌਂਗ ਨੀ, ਆ ਕੱਪ ਚਾਹ ਦਾ ਬਣਾ ਲਈਏ। ਜੇ ਤੂੰ ਲੈਚੀਆਂ ਤੇ, ਮੈਂ ਹਾਂ ਤੇਰਾ ਲੌਂਗ ਨੀ, ਆ ਕੱਪ ਚਾਹ ਦਾ ਬਣਾ ਲਈਏ। ਲੈ ਸੁਣ ਤੂੰ, ਲੈ ਸੁਣ ਤੂੰ, ਸੁਣਾਉਣਾ ਤੈਨੂੰ ਸੌਂਗ ਨੀ, ਆ ਕੱਪ ਚਾਹ ਦਾ ਬਣਾ ਲਈਏ। ਜੇ ਤੂੰ ਲੈਜੀਆਂ ਤੇ, ਜੇ ਤੂੰ ਲੈਜੀਆਂ ਤੇ, ਮੈਂ ਹਾਂ ਤੇਰਾ ਲੌਂਗ ਨੀ, ਆ ਕੱਪ ਚਾਹ ਦਾ ਬਣਾ ਲਈਏ। ਰਹੀ ਖੰਡ ਵਾਂਗੂ ਮਿੱਠੀ, ਬਣੀ ਪੱਤੀ ਵਾਂਗੂ ਕੌੜੀ ਨਾ, ਓਏ ਰਹੀ ਖੰਡ ਵਾਂਗੂ ਮਿੱਠੀ, ਬਣੀ ਪੱਤੀ ਵਾਂਗੂ ਕੌੜੀ ਨਾ, ਉਹ ਨਿੱਕੀ ਨਿੱਕੀ ਗੱਲ ਉੱਤੇ ਦਿਲ ਮੇਰਾ ਤੋੜੀ ਨਾ, ਹਾਏ ਨਿੱਕੀ ਨਿੱਕੀ ਗੱਲ ਹੈ ਉੱਤੇ ਦਿਲ ਮੇਰਾ ਤੋੜੀ ਨਾ। ਭੱਜ ਚਾਹ ਦਾ ਏ, ਭੱਜ ਚਾਹ ਦਾ ਏ, ਚਾਹ ਪੂਰੇ ਕਰ ਦੇ ਨੀ, ਆ ਦੁੱਖ ਸੁੱਖ ਵੀ ਸੁਣਾ ਲਈਏ। ਜੇ ਤੂੰ ਲੈਕੀਆਂ ਤੇ, ਮੈਂ ਹਾਂ ਤੇਰਾ ਲੌਂਗ ਨੀ, ਆ ਕੱਪ ਚਾਹ ਦਾ ਬਣਾ ਲਈਏ। ਹਾਏ ਥੋੜ੍ਹਾ ਰੱਖੀ ਸੇਕ, ਚਾਹ ਜਾਵੇ ਨਾ ਉਬਲਣੀ, ਹੈ ਥੋੜ੍ਹਾ ਰੱਖੀ ਸੇਕ, ਚਾਹ ਜਾਵੇ ਨਾ ਉਬਲਣੀ, ਉਨਾ ਚਿਰ ਕਰ ਲੈ ਕੋਈ ਸ਼ੁਗਲ ਤੇ ਮੁਗਲਣੀ, ਤੂੰ ਉਨਾ ਚਿਰ ਕਰ ਲੈ ਕੋਈ ਸ਼ੁਗਲ ਤੇ ਮੁਗਲਣੀ। ਲੋਕੀ ਦਾਰੂ ਪੀਂਦੇ, ਲੋਕੀ ਦਾਰੂ ਪੀਂਦੇ, ਆਪਾਂ ਪੀ ਕੇ ਚਾਹ ਨੂੰ, ਆ ਰਲ ਜਸ਼ਨ ਮਨਾ ਲਈਏ। ਜੇ ਤੂੰ ਲੈਜੀਆਂ ਤੇ, ਜੇ ਤੂੰ ਲੈਜੀਆਂ ਤੇ, ਮੈਂ ਹਾਂ ਤੇਰਾ ਲੌਂਗ ਨੀ, ਆ ਕੱਪ ਚਾਹ ਦਾ ਬਣਾ ਲਈਏ। ਜੇ ਤੂੰ ਕਵਿਤਾ, ਜੇ ਤੂੰ ਕਵਿਤਾ ਬਣੇ, ਮੈਂ ਬਣਾ ਸੌਂਗ ਨੀ, ਆ ਕੱਪ ਚਾਹ ਦਾ ਬਣਾ ਲਈਏ। ਓਏ ਅੱਜ ਕੱਲ੍ਹ ਘਰਾਂ ਵਿੱਚ ਚਾਹੀ ਪਰਦਾਨ, ਓਏ ਅੱਜ ਕੱਲ੍ਹ ਘਰਾਂ ਵਿੱਚ ਚਾਹੀ ਪਰਦਾਨ, ਜਿਹੜਾ ਪੁੱਛੋ ਕਹਿੰਦੇ ਕਰ ਦਿੱਤਾ ਅਪਮਾਨ, ਓਏ ਜਿਹੜਾ ਪੁੱਛੋ ਕਹਿੰਦੇ ਕਰ ਦਿੱਤਾ ਅਪਮਾਨ। ਤੱਤੇ ਪਾਣੀ ਦਾ ਵੀ, ਤੱਤੇ ਪਾਣੀ ਦਾ ਵੀ ਘੁੱਟ ਇੱਥੋਂ
ਹਰਿਆਣਾ ਓਏ ਘਰ ਆ ਕੇ ਡੰਡ ਲੋਹਾ ਲਈ ਜੇ ਤੂੰ ਲੈਚੀਆਂ ਤੇ ਜੇ ਤੂੰ ਲੈਚੀਆਂ ਤੇ ਮੈਂ ਹਾਂ ਤੇਰਾ ਲੌਂਗ ਨੀ ਆ ਕੱਪ ਚਾਹ ਦਾ ਬਣਾ ਲਈਏ ਓਏ ਚਾਹ ਤਾਂ ਗਰੀਬਾਂ ਦੀ ਏ ਰੋਜ਼ ਦੀ ਏ ਰੋਜ਼ੀ ਵੀ ਓਏ ਚਾਹ ਤਾਂ ਗਰੀਬਾਂ ਦੀ ਏ ਰੋਜ਼ ਦੀ ਏ ਰੋਜ਼ੀ ਵੀ ਇਹਨੂੰ ਵੇਚਦਾ ਰਿਹਾ ਹੈ ਸਾਡਾ ਪੀਐਮ ਮੋਦੀ ਵੀ ਇਹਨੂੰ ਵੇਚਦਾ ਰਿਹਾ ਹੈ ਸਾਡਾ ਪੀਐਮ ਮੋਦੀ ਵੀ ਉਹ ਰਸੋਈਆ ਵੀ ਸੀ ਕਦੇ ਟੀ ਸਟਾਲਤਾ ਆਉ ਗੁਣੇ ਉਹਦਾ ਅਪਣਾ ਲਈਏ ਜੇ ਤੂੰ ਲੈਚੀਆਂ ਤੇ ਜੇ ਤੂੰ ਲੈਚੀਆਂ ਤੇ ਮੈਂ ਹਾਂ ਤੇਰਾ ਲੌਂਗ ਨੀ ਆ ਕੱਪ ਚਾਹ ਦਾ ਬਣਾ ਲਈਏ ਓਏ ਚਾਹ ਨਾਲ ਕੱਢ ਲੈ ਤੂੰ ਭੋਲੇ ਜਾਂ ਪਕੌੜੇ ਨੀ ਓਏ ਚਾਹ ਨਾਲ ਕੱਢ ਲੈ ਤੂੰ ਭੋਲੇ ਜਾਂ ਪਕੌੜੇ ਨੀ ਉਹ ਜਿੱਦਾਂ ਕਦੇ ਕੱਢਦੀ ਸੀ ਪਿੰਡ ਤੂੰ ਖਨੌੜੇ ਨੀ ਓਏ ਜਿੱਦਾਂ ਕਦੇ ਕੱਢਦੀ ਸੀ ਪਿੰਡ ਤੂੰ ਖਨੌੜੇ ਨੀ ਕਦੇ ਭੁੱਲੀ ਨਾ ਕਦੇ ਭੁੱਲੀ ਨਾ ਪਸੰਦ ਬਲ ਵੀਰ ਦੀ ਆ ਬਹਿ ਕੇ ਦੋਨੋਂ ਖਾ ਲਈਏ ਜੇ ਤੂੰ ਲੈਚੀਆਂ ਤੇ ਜੇ ਤੂੰ ਲੈਚੀਆਂ ਤੇ ਮੈਂ ਹਾਂ ਤੇਰਾ ਲੌਂਗ ਨੀ ਆ ਕੱਪ ਚਾਹ ਦਾ ਬਣਾ ਲਈਏ ਲੈ ਸੋਹਣੇ ਤੂੰ ਸੁਣਾਉਣਾ ਤੈਨੂੰ ਸੌਂਗ ਨੀ ਆ ਕੱਪ ਚਾਹ ਦਾ ਬਣਾ ਲਈਏ ਜੇ ਤੂੰ ਕਵਿਤਾ ਬਣੇ ਮੈਂ ਬਣਾ ਸੌਂਗ ਨੀ ਆ ਕੱਪ ਚਾਹ ਦਾ ਬਣਾ ਲਈਏ ਆਹ ਕਿਆ ਬਾਤ ਹੈ ਬਸਰਾ ਜੀ ਕੋਈ ਨੀ ਇੱਕ ਦਿਨ ਬਹਿੰਦੇ ਆ ਚਾਹ ਦਾ ਬਣਾਉਂਦੇ ਹਾਂ ਆਪਾਂ ਲੌਂਗ ਲੈਸੀਆਂ ਵਾਲਾ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਸਾਡੇ ਵੀਰ ਬਲਵੀਰ ਬਸਰਾ ਜੀ ਲੈਸਟਰ ਤੋਂ ਲੌਂਗ ਲੈਸੀਆਂ ਵਾਲੀ ਚਾਹ ਲੈ ਕੇ ਆਏ ਕਿਆ ਬਾਤ ਆ ਧੰਨਵਾਦ ਜੀ ਹਾਂਜੀ ਕਿੱਦਾਂ ਜੀ ਠੀਕ ਠਾਕ ਕੀ ਕਹੋਗੇ ਤੂੰ ਤੇ ਮੈਂ ਤੇ ਮੈਂ ਤਾਂ ਤੈਨੂੰ ਪਤਾ ਹੀ ਆਪਣੇ ਜਿੱਦਾਂ ਹੁਣ ਆਪਣੇ ਜਿੱਦਾਂ ਆਪਣੇ ਦੇਖ ਲਓ ਕਦੇ ਇੱਧਰ ਲੋਕ ਆਏ ਆ ਇੰਗਲੈਂਡ ਦੇ ਵਿੱਚ ਇਹਨੇ ਕੀ ਕੁਛ ਨਹੀਂ ਕੀਤਾ ਆਪਣੇ ਭਰਾ ਪਿੱਛੇ ਭਰਾਵਾਂ ਨੇ ਵਿਆਹ ਛੱਡਿਆ ਵੀ ਨਿਆਣਿਆਂ ਨਿੱਕਿਆਂ ਦੇ ਸਾਰੇ ਕੀਤੇ ਆ ਜ਼ਮੀਨਾਂ ਵੀ ਲੈ ਦਿੱਤੀਆਂ ਜਾਂ ਤੂੰ ਇੰਡੀਆ ਜਾਓ ਕਹਿੰਦੇ ਤੂੰ ਸਰਵਿਸ ਕੁਛ ਕੀਤਾ ਹੀ ਨਹੀਂ ਚਲੋ ਇੱਦਾਂ ਦੇ ਵੀ ਕੰਮ ਚੱਲਦੇ ਆ ਨਾਲ ਤੁਸੀਂ ਕੀਤਾ ਵੀ ਫਿਰ ਵੀ ਕਹਿੰਦੇ ਤੁਸੀਂ ਸਰਵਿਸ ਕੁਛ ਕੀਤਾ ਹੀ ਨਹੀਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤੋਂ ਇਸ ਦੇ ਨਾਲ ਹੀ ਇੱਕ ਸੂਚਨਾ ਹੈ ਆਟਿਸਮ ਦੀ ਆਟਿਸਮ ਕੌਫੀ ਮੋਰਨਿੰਗ ਜਿਹੜੀ ਕਿ 2 ਸਪਟੈਂਬਰ ਮੰਡੇ ਵਾਲੇ ਦਿਨ ਜਾਣੀ ਕਿ ਆਉਣ ਵਾਲੇ ਮੰਡੇ ਨੂੰ 10 AM ਤੋਂ 12 PM ਤੱਕ ਜੋ ਕਿ ਫਰੀ ਟੂ ਅਟੈਂਡ ਹੈ ਫੋਰ ਆਟਿਸਮ ਇਨ ਇੰਡੀਵਿਜੁਅਲਸ ਪੇਰੈਂਟਸ ਕੇਅਰਰਸ ਆਫ ਚਿਲਡਰਨਸ ਐਂਡ ਅਡਲਟਸ ਆਫ ਆਟਿਸਮ ਸੋ ਜ਼ਰੂਰ ਤੁਸੀਂ ਇੱਥੇ ਆਓ ਅਤੇ ਜੋ ਇਹ ਹੈ ਸੈਂਟਰਲ ਲਾਇਬ੍ਰੇਰੀ ਹਾਈ ਸਟਰੀਟ ਵੈਸਨਾਮੀ ਦੇ ਵਿੱਚ ਅਤੇ ਜੇ ਕੋਈ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਬਲਵੀਰ ਕੌਰ ਰੰਧਾਵਾ ਜੀ ਹੋਰਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਅਤੇ ਉਹ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਸਕਦੇ ਨੇ ਸੋ ਜਿਸ ਤਰ੍ਹਾਂ ਅਤੇ ਜੀ ਜੀ ਤਾਂ ਇਹ ਜਿਹੜਾ ਅਟੈਂਡ ਵਾਸਤੇ ਇਹ ਫਰੀ ਟੂ ਅਟੈਂਡ ਹੈ ਜੀ ਸੋ ਕੋਈ ਟਿਕਟ ਨਹੀਂ ਹੈ ਜ਼ਰੂਰ ਤੁਸੀਂ ਆਓ ਅਤੇ ਇੱਥੇ ਆਣ ਕੇ ਇਹਨਾਂ ਦੇ ਨਾਲ ਬੱਚਿਆਂ ਦਾ ਜਿਹੜਾ ਉਤਸ਼ਾਹ ਜਾਂ ਵਧਾਓ ਜੀ ਤੁਹਾਡੇ ਨਾਲ
ਥੈਂਕ ਯੂ ਜੀ। ਸੋ ਇਹਦੇ ਨਾਲ ਅਗਲੀ ਕਾਲ ਲਓ ਜੀ। ਹੈਲੋ ਜੀ, ਜੈਗਦੇਵ ਕੌਂਦਕ ਤੋਂ ਬੋਲਦੇ ਜੀ? ਜੈਗਦੇਵ ਜੀ, ਬਲਵੀਰ ਬੋਲਦਾ ਪਚੰਗੀ। ਆਓ ਜੀ ਆਓ ਜੀ। ਕਿਆ ਬਾਤ ਹੈ ਪਚੰਗੀ ਜੀ, ਦੇਖੋ ਜੀ ਤੁਸੀਂ ਵੀ ਬਹੁਤ ਚਿਰਾਂ ਦੇ ਗਾ ਰਹੇ ਹੋ, ਤੁਸੀਂ ਇਹ ਦੱਸੋ ਵੀ ਸਾਡੇ ਬਲਵੀਰ ਜੀ ਹੁਣਾਂ ਦਾ ਤੁਹਾਨੂੰ ਗੀਤ ਕਿੱਦਾਂ ਲੱਗਾ ਜੀ? ਯੂ ਨੋ ਆਈ ਡੂ ਆਈ ਡੋਨਟ ਨੋ ਯੂ ਡੂ, ਕਹਿੰਦੇ ਮਨ ਤੋਂ ਸਮਝ ਲੱਗੀ। ਉਹ ਕਹਿੰਦੇ ਜੀ ਮੈਂ ਕਿੰਨਾ ਤੈਨੂੰ ਪਿਆਰ ਕਰਦਾ, ਡੂ ਜੀ ਨੋ ਲੈ ਐਦਾਂ ਆਈ ਡੋਨਟ ਨੋ। ਤੁਸੀਂ ਐਦਾਂ ਕਰੋ, ਤੁਸੀਂ ਇਹਨਾਂ ਕਹੋ ਕਿ ਦੁਬਾਰਾ ਸੁਣਾ ਦਿਓ। ਨਹੀਂ ਨਹੀਂ ਤੁਸੀਂ ਸੁਣਾਓ, ਆਈ ਡੋਨਟ ਨੋ। ਦੋ ਲਾਈਨਾਂ ਸੁਣਾ ਦਿਓ ਜੀ। ਨਹੀਂ ਨਹੀਂ ਤੁਸੀਂ ਸੁਣਾਓ, ਉਹ ਮਾਰਾ ਸੁਣਾ ਦਿਓ, ਕੋਈ ਗੱਲ ਨਹੀਂ। ਨਹੀਂ ਨਹੀਂ ਗੁਣਾ ਸੁਣਾ ਦਿਓ। ਚਲੋ ਜੀ ਤੁਸੀਂ ਸੁਣਾਓ ਜੀ। ਹਾਂਜੀ, ਇੱਕ ਜਮਦੇ ਦਾ ਗੀਤ ਹੈ, ਆਪ ਤੁਹਾਨੂੰ ਪੇਸ਼ ਕਰ ਰਹੇ ਹਾਂ ਜੀ। ਆਹਾ ਕਰੀ ਤੂੰ ਮੇਰਾ ਵਾਹ, ਮੈਂ ਕਰੀ ਤੂੰ ਮੇਰਾ ਛੱਡ ਨਾ ਜਾਵੀਂ ਰੇ, ਜੋ ਅਲਣ ਪੁਣੇ ਵਿੱਚ ਲਾਈਆਂ ਤੋੜ ਨਵਾਵੀਂ ਰੇ, ਮੈਂ ਕਰੀ ਤੂੰ ਮੇਰਾ। ਹੰਸ ਹੰਸਣੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ ਵਾਹ, ਆ ਹੰਸ ਹੰਸਣੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ, ਤੇਰੇ ਵਾਜੋਂ ਚੋ ਚਕੋਰੀ ਕਿਕਰ ਸਾਂ ਵਿਛੋੜਾ, ਚੰਨ ਹੋ ਅੱਖੀਆਂ ਦੇ ਓਲੇ ਨਾ ਤੜਫਾਵੀਂ ਵੇ, ਜੋ ਅਲਣ ਪੁਣੇ ਵਿੱਚ ਲਾਈਆਂ ਤੋਂ ਨਵਾਵੀਂ ਵੇ, ਮੈਂ ਤੇਰੀ ਤੂੰ ਮੇਰਾ। ਪਿਆਰ ਤੇਰੇ ਵਿੱਚ ਸੁਣਵੇ ਜੱਡਾ ਮੈਂ ਹੋ ਗਈ ਦੀਵਾਨੀ, ਪਿਆਰ ਤੇਰੇ ਵਿੱਚ ਸੁਣਵੇ ਜੱਡਾ ਮੈਂ ਹੋ ਗਈ ਦੀਵਾਨੀ, ਅੱਗੇ ਜ਼ਖਮ ਬਥੇਰੇ ਦਿਲ ਤੇ ਹੋਰ ਨਾ ਮਾਰੀ ਕਾਨੀ, ਅੱਗੇ ਜ਼ਖਮ ਬਥੇਰੇ ਦਿਲ ਤੇ ਹੋਰ ਨਾ ਮਾਰੀ ਕਾਨੀ, ਮੈਨੂੰ ਜ਼ਖਮ ਵਿਛੋੜਾ ਤੇਰਾ ਮਲਮਾਲਾ ਮਿਲੇ, ਜੋ ਅਲੜ ਪੁਣੇ ਵਿੱਚ ਲਾਇਆ ਤੋੜ ਨਵਾ ਮਿਲੇ, ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀਂ ਰੇ, ਜੋ ਅਲਣ ਪੁਣੇ ਵਿੱਚ ਲਾਈਆਂ ਤੋੜ ਨਵਾ ਮਿਲੇ। ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀਂਗੇ, ਜੋ ਅਲਣ ਪੁਣੇ ਵਿੱਚ ਲਾਈਆਂ ਉਹ ਨਵਾ ਮਿਲੇ, ਮੈਂ ਤੇਰੀ ਤੂੰ ਮੇਰਾ। ਵਾਹ ਜੀ ਕਿਆ ਬਾਤ ਹੈ ਵੀਰ ਜੀ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਕਿਆ ਬਾਤ ਹੈ, ਰੱਬ ਤੁਹਾਨੂੰ ਜਾਣੀ ਕਿ ਹਮੇਸ਼ਾ ਏਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਜੀ। ਬਿਲਕੁਲ ਜਮਦੇ ਦੀ ਯਾਦ ਆ ਗਈ ਕਿ ਨਹੀਂ? ਬਿਲਕੁਲ ਮੈਂ ਕਿਹਾ ਜੀ ਅਸੀਂ ਤਾਂ ਮਸਤ ਹੋ ਗਏ ਸੀ ਬੈਠੇ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ, ਬੜਾ ਪੁਰਾਣਾ ਗੱਲ, ਕਿਆ ਬਾਤ ਹੈ, ਬਹੁਤ ਹੋਇਆ। ਮੈਂ ਕਿਹਾ ਜੀ ਵਾਕਿਆ ਹੀ ਜਮਲਾ ਜੀ ਹੋਣਾ ਦੀ ਯਾਦ ਜਾਣੀ ਕਿ ਤਾਜ਼ੀ ਕਰਾਤੀ ਸਾਡੇ ਵੀਰ ਬਲਵੀਰ ਪਚੰਗੀ ਜੀ। ਖੁਸ਼ ਰਹੋ, ਰੱਬ ਬਸ ਇੱਦਾਂ ਹੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੋ ਅੱਜ ਦਾ ਜੋ ਸਾਡਾ ਵਿਸ਼ਾ ਉਹ ਹੈ ਤੂੰ ਮੈਂ, ਮੈਂ ਤੂੰ ਤੂੰ। ਤੋ ਤੁਸੀਂ ਗੱਲ ਕਰਦੇ ਸੀਗੇ, ਆਪਾਂ ਤਾਂ ਉੱਦਾਂ ਗੱਲ ਕਰਦੇ ਪੁਰਾਣੇ ਆਪਾਂ ਜਾਂਦੇ ਆਪਣੇ ਲੋਕਾਂ ਨੇ ਕਿੰਨੀਆਂ ਮਿਹਨਤਾਂ ਕੀਤੀਆਂ ਵੀ ਆਹ ਬਾਅਦ ਦੇ ਵਿੱਚ ਤੂੰ ਜੋ ਆਪਣੇ ਮੁਲਕ ਨੂੰ ਜਾਈਦਾ ਅਗਲੇ ਕਹਿੰਦੇ ਤੁਸੀਂ ਸਾਡੇ ਵਾਸਤੇ ਕੁਛ ਨਹੀਂ ਕੀਤਾ ਹੈ। ਗੱਲ ਇੱਦਾਂ ਤੁਹਾਡਾ ਕਹਿਣੇ ਦਾ ਭਾਵ ਇਹ ਹੈ ਕਿ ਆਪਾਂ ਦੇਖੋ ਉੱਥੇ ਪੈਣਾ ਪਾਈਆਂ ਦਾ ਇੰਨਾ ਕਰਦੇ ਕਰਦੇ ਜਿੰਨਾ ਚਿਰ ਤੁਸੀਂ ਕਰਦੇ ਹਾਂ ਉਹਨਾਂ ਚਿਰ ਤਾਂ ਮੈਂ ਹੈਗੀ ਠੀਕ ਹੈ ਕੋਈ ਨਹੀਂ, ਤੂੰ ਤੂੰ ਅਤੇ ਬਾਅਦ ਫਿਰ ਤੂੰ। ਹਾਂ ਠੀਕ ਹੈ ਜੀ, ਅਤੇ ਗਾਣਾ ਗਾਣਾ ਤੁਸੀਂ ਗਾਓ, ਨਹੀਂ ਤੁਹਾਡੇ ਤੋਂ ਸੁਣਨਾ ਸੀ, ਮੈਂ ਤਾਂ ਸੁਣਾ ਤਾ ਸੀ, ਡੈਡੀ ਵਾਰੀ ਵੀ ਆਈ ਆ। ਆਹ ਹਾਂ ਹਾਂ ਗੱਲ ਚੱਲਦੀ ਹੈ, ਚਲੋ ਤੂੰ ਮੈਂ ਦੀ ਅਤੇ ਸਾਡੇ ਅਗਲੇ ਕੋਲਰ ਆਏ ਨੇ, ਦੇਖਦੇ ਹਾਂ ਕੀ ਲੈ ਕੇ ਆਏ ਨੇ। ਹੈਲੋ ਸੋਰੀ, ਹੈਲੋ ਜੀ, ਕੌਣ ਤਾਂ ਕਿੱਥੋਂ ਬੋਲਦੇ ਜੀ? ਹਾਂਜੀ ਬਲਵੀਰ ਜੀ, ਤੁਹਾਨੂੰ ਅਤੇ ਰੂਪ ਜੀ ਨੂੰ ਅਤੇ ਤੁਹਾਡੇ ਸਟਾਰ ਸਟਾਫ ਨੂੰ ਅਤੇ ਮੋਮੀ ਸਾਹਿਬ ਨੂੰ ਪੀਟਰਵਰਾ ਤੋਂ ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਵੱਲੋਂ ਜੀ ਵੀ ਪਿਆਰੀ ਪਿਆਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿਵੇਂ ਰੂਪ ਜੀ, ਕਿਵੇਂ ਠੀਕ ਠਾਕ ਹੋ? ਬਸ ਜੀ ਅਸੀਂ ਤਾਂ ਕਹਿੰਦੇ ਹੁੰਦੇ ਹਾਂ ਨਾ ਤੁਹਾਨੂੰ ਅੱਗੇ ਵੀ ਦੱਸੀਦਾ ਕਿ ਬਸ ਯਾਨੀ ਕਿ ਜਦੋਂ ਸਾਡੇ ਕੋਲਰ ਇੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਕੋਲਰ ਆਉਂਦੇ ਨੇ ਇੰਨੇ ਵਧੀਆ ਵਧੀਆ ਵਿਚਾਰ ਲੈ ਕੇ ਅਤੇ ਅਸੀਂ ਬਿਮਾਰ ਠਮਾਰ ਵੀ ਹੋਈਏ ਤਾਂ ਠੀਕ ਹੋ ਜਾਈਦਾ। ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਦਾ, ਯਾਨੀ ਕਿ ਤੁਹਾਡਾ ਪਿਆਰ ਇੱਕ ਦੁਆ ਹੈ ਜੀ ਸਾਡੇ ਵਾਸਤੇ। ਮੈਂ ਉਹੀ ਕਹਿੰਦਾ ਵੀ ਮਹਾਰਾਜ ਨੇ ਤਾਂ ਹੀ ਕਿਹਾ ਜਿਹਨੇ ਪ੍ਰੇਮ ਕੀਤਾ ਤੇਰੇ ਹੀ ਪਾਇਓ ਜੀ, ਜਿਹਨੇ ਪ੍ਰੇਮ ਨਹੀਂ ਕੀਤਾ ਪਿਆਰ ਨਹੀਂ ਕੀਤਾ ਉਹਨੇ ਕੀ ਖੱਟਿਆ ਜ਼ਿੰਦਗੀ ਖੱਟਿਆ। ਵਾਹ ਜੀ ਵਾਹ, ਅਤੇ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਬਲਵੀਰ ਜੀ ਨੂੰ ਵੀ ਵੀ ਤੁਸੀਂ ਵੀ ਹੁਣ ਬਸ ਹੁਣ ਇੱਧਰ ਨੂੰ ਆ ਜਾਓ, ਬਸ ਸਾਹਿਤ ਵੱਲ ਨੂੰ, ਕਵਿਤਾ ਵੱਲ ਨੂੰ, ਸ਼ੇਰ ਵੱਲ ਨੂੰ ਆ ਜਾਓ ਤੁਸੀਂ ਵੀ। ਤੁਸੀਂ ਸਰ ਜੀ ਇੱਦਾਂ ਕਰੋ, ਪਹਿਲਾਂ ਤੁਸੀਂ ਇਹਨਾਂ ਦੇ ਕੋਲੋਂ ਨਹੀਂ ਤੁਸੀਂ ਇੱਕ ਮਿੰਟ ਗੱਲ ਤਾਂ ਸੁਣੋ, ਆਹ ਦੋ ਗੱਲਾਂ ਵੀ ਸੁਣੋ ਜੀ ਇਹਨਾਂ ਦੇ ਕੋਲੋਂ ਗੀਤ ਦੇ। ਹਾਂਜੀ ਹਾਂਜੀ ਸੁਣਦਾ ਹੁਣ ਜੀ, ਤੁਸੀਂ ਹੁਕਮ ਕਰੋ ਜੀ ਇਹਨਾਂ ਨੂੰ ਸੁਣਨਾ ਕਰ ਦਿਓ। ਨਹੀਂ ਸਰ ਜੀ ਤੁਸੀਂ ਕਹੋ, ਤੁਹਾਡੀ ਮੰਨ ਲੈਣੀ ਇਹਨਾਂ ਨੇ। ਬਲਵੀਰ ਜੀ ਆਉਣ ਦਿਓ ਫਿਰ, ਚਲੋ ਜੀ। ਡੂ ਯੂ ਨੋ ਮੈਂ ਸੁਣੋ ਜੀ, ਡੂ ਯੂ ਨੋ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ, ਡੂ ਯੂ ਨੋ ਮੈਂ ਤੇਰੇ 'ਤੇ ਕਿੰਨਾ ਮਾਰਦਾ, ਡੂ ਯੂ ਨੋ ਤੇਰੇ 'ਤੇ ਆਪਣੇ ਪਿੰਡ ਛੱਡ ਆ। ਦੇਖੋ ਪਿੰਡ ਛੱਡਿਆ ਤਾਂ ਜਾਣ ਕੇ ਬਲੈਦੀਆ ਬਣਿਆ, ਨਹੀਂ ਤਾਂ ਕਿੱਥੇ ਬਣਨਾ ਸੀ। ਹਾਂਜੀ ਸ਼ੁਰੂ ਕਰਨਾ ਹੁੰਦਾ। ਹਾਂਜੀ ਹਾਂਜੀ ਰੱਬ ਰਾਜੀ ਰੱਖੇ ਜੀ ਉਹਨਾਂ ਸਾਰਿਆਂ ਨੂੰ ਜਿਹੜੇ ਜਾਣ ਕੇ ਇੰਨਾ ਜਾਣ ਕੇ ਪਿਆਰ ਬਣ ਰਹੇ ਨੇ। ਜੀ ਜੀ ਬਿਲਕੁਲ 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 ਜੀ। ਤੇ ਰੂਪ ਜੀ ਆ ਜਿਹੜਾ ਆਪਣਾ ਵਿਸ਼ਾ ਅੱਜ ਦਾ ਮੈਂ ਤੇ ਤੂੰ ਜੀ,
ਇਹ ਤੁਸੀਂ ਗੌਰ ਫਰਮਾਇਓ, ਇਹ ਖਾਲੀ ਇਨਸਾਨਾਂ ਵਿੱਚ ਨਹੀਂ ਹੈ, ਮੈਂ ਤੂੰ ਤੂੰ ਜੀ ਜੀ ਜੀ, ਪਰਿੰਦਿਆਂ ਵਿੱਚ ਵੀ, ਈਵਨ ਮੱਖੀਆਂ ਵਿੱਚ ਵੀ ਹੈ। ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ ਸਹੀ ਗੱਲ ਹੈ। ਇਹ ਸਾਰੇ ਜਿੱਦਾਂ ਕਹਦੇ ਪਤਾ ਮੈਂ ਕੌਣ ਵਾਂ, ਬਿਲਕੁਲ ਜੀ, ਇਹ ਮੈਂ ਤੇ ਤੂੰ, ਇਹ ਮੈਂ ਤੇ ਤੂੰ ਦਾ ਝਗੜਾ ਹਰ ਥਾਂ ਆ। ਬਿਲਕੁਲ ਸਹੀ ਗੱਲ ਜੀ, ਤੇ ਉਹ ਮੈਂ ਪੇਸ਼ ਕਰਨ ਲੱਗਾ ਵੀ ਮੱਖੀਆਂ ਵਿੱਚ ਵੀ ਇਹ ਹੈਗਾ, ਹੈਗਾ ਜੀ ਹਾਂਜੀ, ਮੱਖੀਆਂ ਵਿੱਚ ਵੀ ਵੀ ਮੈਂ ਕੌਣ ਤੇ ਤੂੰ ਕੌਣ ਵਾਂ ਜੀ। ਇੱਕ ਵਾਰੀ ਕੀ ਹੋਇਆ, ਤੇ ਇੱਕ ਜਿਹੜੀ ਮੈਲੀ ਮੱਖੀ ਆ, ਜਿਹੜੀ ਆਮ ਮੱਖੀ ਨੂੰ ਮੈਲੀ ਮੱਖੀ ਕਹਿੰਦੇ ਆ, ਗੰਨ ਤੇ ਬਹਿੰਦੀ ਆ ਜੀ ਜੀ, ਤੇ ਉਹਨੂੰ ਐਵੇਂ ਭਰਮ ਭੁਲੇਖਾ ਜਿਹਾ ਪੈ ਗਿਆ ਵੀ ਜਿਹੜੀ ਆ ਮਧੂ ਮੱਖੀ ਆ, ਇਹ ਐਵੇਂ ਆਪਣਾ ਸ਼ੋਅ ਆਫ ਜੇ ਕਰਦੀ ਰਹਿੰਦੀ ਆ ਜੀ ਜੀ, ਮਧੂ ਮੱਖੀ ਮੈਨੇ ਸ਼ਹਿਦ ਦੀ ਮੱਖੀ ਜੀ 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 ਜੀ, ਤੇ ਆਪਸ ਵਿੱਚ ਦੋਨਾਂ ਮੱਖੀਆਂ ਦੀ ਤੂੰ ਤੂੰ ਮੈਂ ਹੋ ਗਏ, ਜਿਹੜਾ ਆਪਣਾ ਵਿਸ਼ਾ ਅੱਜ ਹਾਂ ਹਾਂ, ਤੇ ਜਿਹੜੀ ਮੈਲੀ ਮੱਖੀ ਆ, ਆਹ ਸੁਣੋ ਫਿਰ ਕਿੱਦਾਂ ਸ਼ੁਰੂ ਹੋਇਆ ਕੰਮ ਇਹਨਾਂ ਦਾ ਜੀ, ਤੂੰ ਤੂੰ ਮੈਂ ਕਿੱਦਾਂ ਹੋਈ ਇਹਨਾਂ ਦੀ, ਆਉਣ ਦਿਓ ਜੀ, ਬਹੁਤ ਧੰਨਵਾਦ ਲਓ। ਇੱਕ ਦਿਨ ਮਧੂ ਮੱਖੀ ਨੂੰ ਮੈਲੀ ਮੱਖੀ ਇੰਜ ਫਰਮਾਉਣ ਲੱਗੀ, ਇੱਕ ਦਿਨ ਮਧੂ ਮੱਖੀ ਨੂੰ ਮੈਲੀ ਮੱਖੀ ਇੰਜ ਫਰਮਾਉਣ ਲੱਗੀ, ਸਾਡੇ ਦੋਹਾਂ ਵਿੱਚ ਰਤਾ ਨਾ ਫਰਕ ਪੈਣੇ, ਲੰਮਾ ਜਿਹਾ ਭਾਸ਼ਣ ਦੇ ਕੇ ਉਹਨੂੰ ਭਰਮਾਉਣ ਲੱਗੀ, ਐਵੇਂ ਸਮਝੀ ਨਾ ਮਾਰੀ ਮੈਂ ਬੜਕ ਪੈਣੇ। ਵਾਹ ਜੀ ਵਾਹ, ਮੇਰੀ ਜਿਹੜੀ ਮੱਖੀ ਸੀ ਗੱਦੀ ਮੱਖੀ, ਉਹ ਕਹਿੰਦੀ ਤੂੰ ਕੌਣ ਹੁੰਦੀ ਆ, ਹਾਂਜੀ ਹਾਂਜੀ। ਇੱਕ ਦਿਨ ਮਧੂ ਮੱਖੀ ਨੂੰ ਮੈਲੀ ਮੱਖੀ ਇੰਜ ਫਰਮਾਉਣ ਲੱਗੀ, ਸਾਡੇ ਦੋਹਾਂ ਵਿੱਚ ਨਾ ਰਤਾ ਫਰਕ ਪੈਣੇ, ਲੰਮਾ ਜਿਹਾ ਭਾਸ਼ਣ ਦੇ ਕੇ ਉਹਨੂੰ ਭਰਮਾਉਣ ਲੱਗੀ, ਐਵੇਂ ਸਮਝੀ ਨਾ ਮਾਰੀ ਮੈਂ ਬੜਕ ਭੈਣੇ, ਕਹਿੰਦੀ ਰੰਗ ਦੀ ਤੂੰ ਵੀ ਕਾਲੀ ਤੇ ਮੈਂ ਵੀ ਕਾਲੀ, ਕਹਿੰਦੀ ਰੰਗ ਦੀ ਤੂੰ ਵੀ ਕਾਲੀ ਤੇ ਮੈਂ ਵੀ ਕਾਲੀ, ਇੱਕੋ ਜਿਹੇ ਨੇ ਸਾਡੇ ਰੰਗ ਭੈਣੇ, ਬਾਹਰੀ ਥਾਂ ਹੀ ਹੈ ਰਹਿਣ ਬਸੇਰਾ ਸਾਡਾ, ਇੱਕੋ ਜਿਹੇ ਨੇ ਸਾਡੇ ਢੰਗ ਭੈਣੇ, ਬਈ ਇੱਕੋ ਜਿਹੇ ਨੇ ਸਾਡੇ ਢੰਗ ਭੈਣੇ। ਵਾਹ, ਕਹਿੰਦੀ ਜੀ, ਕਹਿੰਦੀ ਕਹਿੰਦੀ ਦੋ ਪਰ ਤੇਰੇ ਤੇ ਦੋ ਹੀ ਮੇਰੇ ਨੇ, ਵਾਹ, ਦੋ ਪਰ ਮੇਰੇ ਤੇ ਦੋ ਪਰ ਹੀ ਤੇਰੇ ਨੇ, ਇੱਕੋ ਰੰਗ ਦੇ ਸਾਡੇ ਨੇ ਪਰ ਭੈਣੇ, ਤੇਰੇ ਵਾਂਗ ਹੀ ਮੇਰੀਆਂ ਚਾਰ ਲੱਤਾਂ, ਇੱਕੋ ਜਿਹੇ ਨੇ ਸਾਡੇ ਘਰ ਭੈਣੇ, ਦਰਖਤਾਂ ਦੇ ਮਾਧੋਂ ਰਹਿੰਦੇ ਆ ਜੀ, ਕਹਿੰਦੀ ਦੋ ਪਰ ਤੇਰੇ ਤੇ ਦੋ ਹੀ ਮੇਰੇ ਨੇ, ਇੱਕੋ ਰੰਗ ਦੇ ਸਾਡੇ ਨੇ ਪਰ ਭੈਣੇ, ਤੇਰੇ ਵਾਂਗ ਹੀ ਮੇਰੀਆਂ ਚਾਰ ਲੱਤਾਂ, ਇੱਕੋ ਜਿਹੇ ਨੇ ਸਾਡੇ ਘਰ ਭੈਣੇ, ਬਈ ਅਸੀਂ ਦੋਵੇਂ ਹਰਦਮ ਭੀ ਭੀ ਕਰੀਏ, ਅਸੀਂ ਦੋਵੇਂ ਹਰਦਮ ਭੀ ਭੀ ਕਰੀਏ, ਇੱਕੋ ਜਿਹੇ ਨੇ ਸਾਡੇ ਬੋਲ ਭੈਣੇ, ਨਿੱਤ ਖੁੱਲੀ ਹਵਾ ਚ ਉੱਡਦੀਆਂ ਫਿਰੀਏ, ਰੱਬੀ ਤੋਹਫੇ ਨੇ ਸਾਡੇ ਕੋਲ ਭੈਣੇ, ਚੇਤਾ ਰੱਖੀ ਰੱਬੀ ਤੋਹਫੇ ਨੇ ਸਾਡੇ ਕੋਲ ਭੈਣੇ। ਵਾਹ ਜੀ ਵਾਹ, ਤੇ ਮਧੂ ਮੱਖੀ ਨੂੰ ਆ ਗਿਆ ਗੁੱਸਾ, ਹਾਂਜੀ ਆਉਣ ਦਿਓ, ਉਹ ਕਹਿੰਦੀ ਉਹਦੇ ਉਹਦਾ ਭਾਸ਼ਣ ਮੁੱਕਣ ਤੇ ਮਧੂ ਮੱਖੀ ਨੇ ਆਪਣੀ ਚੁੱਪ ਤੋੜੀ, ਉਹਦੇ ਭਾਸ਼ਣ ਮੁੱਕਣ ਤੇ ਮਧੂ ਮੱਖੀ ਨੇ ਆਪਣੀ ਚੁੱਪ ਤੋੜੀ, ਕਹਿੰਦੀ ਤੇਰੇ ਅੰਦਰ ਹੈ ਭਰਮ ਭੁਲੇਖਾ ਨਿੱਕੀਏ, ਜੋ ਕਹਿਣਾ ਸੀ ਤੂੰ ਕਹਿ ਨਾ ਸਕੀ, ਗੁਣ ਚੰਗਿਆਈਆਂ ਕਰਕੇ ਹੁੰਦਾ ਲੇਖਾ ਨਿੱਕੀਏ। ਕਿਆ ਬਾਤ ਹੈ ਜੀ, ਅੱਗੇ ਕਹਿੰਦੀ ਕਹਿੰਦੀ ਤੂੰ ਮੇਰੀ ਵੱਲ ਮੇਰੀ ਗੱਲ ਵੀ ਸੁਣ ਕੇ ਜਾਵੀ ਜੀ, ਮਧੂ ਮੱਖੀ ਕਹਿੰਦੀ
ਤੂੰ ਮੇਰੀ ਗੱਲ ਵੀ ਹੁਣ ਸੁਣ ਕੇ ਜਾਵੀਂ, ਤੇਰੀ ਸੋਚ ਨੂੰ ਆਇਆ ਪੁੱਠਾ ਗੇੜਾ ਨਿੱਕੀਏ, ਅਕਲ ਨਾਲ ਜੇ ਗੱਲ ਨਾ ਕਰੀਏ ਤਾਂ ਖੜ ਜਾਂਦਾ ਝਗੜਾ ਝੇੜਾ ਨਿੱਕੀਏ, ਚੇਤੇ ਰੱਖੀ ਅਕਲ ਨਾਲ ਜੇ ਗੱਲ ਨਾ ਕਰੀਏ ਤਾਂ ਖੜ ਜਾਂਦਾ ਝਗੜਾ ਝੇੜਾ ਨਿੱਕੀਏ, ਆ ਵੇਖੀ ਖੜ ਜਾਂਦਾ ਹੈ ਝਗੜਾ ਝੇੜਾ ਨਿੱਕੀਏ। ਵਾਹ ਜੀ ਵਾਹ। ਅੱਗੇ ਕਹਿੰਦੀ ਮੈਂ ਹਰਦਮ ਫੁੱਲਾਂ ਤੇ ਬਹਿੰਦੀ ਹਾਂ, ਮਧੂ ਮੱਖੀ ਮੇਰੀ ਮੱਖੀ ਨੂੰ ਕਹਿੰਦੀ, ਕਹਿੰਦੀ ਮੈਂ ਹਰਦਮ ਫੁੱਲਾਂ ਤੇ ਬਹਿੰਦੀ ਹਾਂ, ਤੂੰ ਗੰਦ ਮੰਦ ਨੂੰ ਕਰੇ ਮੁਹੱਬਤ ਨਿੱਕੀਏ, ਮੈਂ ਮਿੱਠਾ ਸ਼ਹਿਦ ਖਵਾਵਾਂ ਲੋਕਾਂ, ਤੂੰ ਬਦਬੂ ਫੈਲਾਉਂਦੀ ਰਹਿੰਦੀ ਨਿੱਕੀਏ। ਠੋਕਵਾਂ ਜਵਾਬ ਆ ਜੀ, ਬਿਲਕੁਲ ਜੀ ਬਿਲਕੁਲ। ਕਹਿੰਦੀ ਮੈਂ ਹਰਦਮ ਫੁੱਲਾਂ ਤੇ ਬਹਿੰਦੀ ਹਾਂ, ਤੂੰ ਗੰਦ ਮੰਦ ਨੂੰ ਕਰੇ ਮੁਹੱਬਤ ਨਿੱਕੀਏ, ਮੈਂ ਮਿੱਠਾ ਸ਼ਹਿਦ ਖਵਾਵਾਂ ਲੋਕਾਂ, ਤੂੰ ਬਦਬੂ ਫੈਲਾਉਂਦੀ ਰਹਿੰਦੀ ਨਿੱਕੀਏ, ਤੂੰ ਸਦਾ ਹੀ ਰੋਗ ਬਿਮਾਰੀਆਂ ਵੰਡੇ ਜੀ, ਤੂੰ ਸਦਾ ਹੀ ਰੋਗ ਬਿਮਾਰੀਆਂ ਵੰਡੇ, ਮੈਂ ਮਾਖਿਓ ਰੂਪੀ ਦਵਾ ਦਾਰੂ ਵੰਡਦੀ ਨਿੱਕੀਏ, ਮੈਂ ਖੁਸ਼ਬੂਹਾਂ ਭਰੇ ਮਾਹੌਲ ਚ ਵਸਦੀ, ਤੂੰ ਉੱਥੇ ਆਉਣਾ ਵੀ ਘਬਰਾਏ ਨਿੱਕੀਏ। ਵਾਹ ਜੀ ਵਾਹ। ਅੱਗੇ ਲਿਖਿਆ ਕਿਉਂਕਿ ਕਹਿੰਦੀ ਆ ਜੀ, ਰਾਮ ਰਾਮ ਨਾਲ ਟੈਂ ਟੈਂ ਦਾ ਮੇਲ ਕੋਈ ਨਾ, ਵਾਹ ਜੀ, ਰਾਮ ਰਾਮ ਨਾਲ ਟੈਂ ਟੈਂ ਦਾ ਮੇਲ ਕੋਈ ਨਾ, ਖਾਮ ਖਾ ਦਾ ਮਸਲਾ ਨਾ ਉਭਾਰ ਨਿੱਕੀਏ, ਆਪਣੀ ਔਕਾਤ ਵਿੱਚ ਰਹਿਣਾ ਹੈ ਅਕਲਮੰਦੀ, ਬਿਨਾਂ ਵਜ੍ਹਾ ਨਾ ਝੱਲ ਖਲਾਰ ਨਿੱਕੀਏ, ਲੋਕੀ ਮਿਹਨਤ ਕਰਕੇ ਮੈਨੂੰ ਥਾਂ ਥਾਂ ਲੱਭਦੇ ਨੇ, ਲੋਕੀ ਮਿਹਨਤ ਕਰਕੇ ਮੈਨੂੰ ਥਾਂ ਥਾਂ ਲੱਭਦੇ ਨੇ, ਤੈਨੂੰ ਛਿੜਕ ਦਵਾਈਆਂ ਘਰ ਚੋਂ ਕੱਢਣ ਨਿੱਕੀਏ, ਭਾਵੇਂ ਪੁੱਛ ਲੈ ਜਾ ਕੇ ਭੋਗਲ ਨੂੰ ਕਿਵੇਂ ਸ਼ਹਿਦ ਦੇ ਸ਼ੌਂਕੀ ਮੇਰਾ ਛੱਤਾ ਲੱਭਣ ਨਿੱਕੀਏ, ਭਾਵੇਂ ਪੁੱਛ ਲੈ ਜਾ ਕੇ ਭੋਗਲ ਨੂੰ ਕਿਵੇਂ ਸ਼ਹਿਦ ਦੇ ਸ਼ੌਂਕੀ ਮੇਰਾ ਛੱਤਾ ਲੱਭਣ ਨਿੱਕੀਏ, ਕਿਵੇਂ ਸ਼ਹਿਦ ਦੇ ਸ਼ੌਂਕੀ ਮੇਰਾ ਛੱਤਾ ਲੱਭਣ ਨਿੱਕੀਏ। ਵਾਹ ਜੀ ਸਰ ਜੀ, ਸਲੂਟ ਆ ਤੁਹਾਡੀ ਕਲਮ ਨੂੰ ਜੀ, ਸਲੂਟ ਆ ਤੁਹਾਡੀ ਕਲਮ ਨੂੰ। ਮੈਂ ਕਿਹਾ ਜੀ ਸਾਡੇ ਚ ਨੀ, ਮੈਂ ਪਸ਼ੂ ਪਰਿੰਦਿਆਂ ਮੱਖੀਆਂ ਚ ਵੀ ਆ, ਮੈਂ ਸੋਚਿਆ ਬਈ ਯਾਰ ਕਿੱਦਾਂ ਪੇਸ਼ ਕਰੀਏ ਪ੍ਰੋਗਰਾਮ ਅੱਜ। ਜੀ ਜੀ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਸਰ ਜੀ, ਬਹੁਤ 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 ਧੰਨਵਾਦ ਜੀ, ਇਹਨਾਂ ਪਿਆਰ ਸਤਿਕਾਰ ਦੇਣ ਦਾ ਬਹੁਤ ਬਹੁਤ ਧੰਨਵਾਦ, ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਸਰ ਜੀ, ਥੈਂਕ ਯੂ, ਓਕੇ ਜੀ, ਵਾਹ ਜੀ ਵਾਹ, ਕਮਾਲ ਦੇ। ਕੀ ਤਾਰੀਫ ਕਰੀਏ ਜੀ, ਕੁਛ ਕੋਈ ਜਵਾਬ ਹੀ ਨਹੀਂ ਸਾਡੇ ਕੋਲ, ਲਫਜ਼ ਹੀ ਹੈ ਨਹੀਂ ਗਏ ਸਰ ਜੀ ਤੁਹਾਡੀ, ਯਾਨੀ ਕਿ ਤਾਰੀਫ ਕਰਨ ਵਾਸਤੇ। ਜਿੰਨੇ ਵੀ ਸਾਡੇ ਕੋਲ ਆਉਂਦੇ ਨੇ ਬਹੁਤ ਵਧੀਆ ਵਧੀਆ ਵਿਚਾਰ ਲੈ ਕੇ ਆਉਂਦੇ ਨੇ, ਅਤੇ ਬਸ ਇਹ ਦੁਆ ਕਰਦੇ ਹਾਂ ਕਿ ਇਹੋ ਜਿਹੇ ਸਾਡੇ ਕੋਲਰਾਂ ਨੂੰ ਰੱਬ ਬਸ ਚੜ੍ਹਦੀ ਕਲਾ 'ਚ ਰੱਖੇ ਜੀ, ਤੰਦਰੁਸਤੀਆਂ ਬਖਸ਼ੇ, ਇਹੀ ਸਾਡੀ ਦੁਆ ਹੈ। ਤੋ ਅੱਜ ਦਾ ਵਿਸ਼ਾ ਜੋ ਤੂੰ ਮੈਂ ਅਤੇ ਤੂੰ ਮੱਖੀਆਂ ਦੀ ਕਹਾਣੀ ਸੁਣਾ ਕੇ ਗਏ ਨੇ ਸਾਡੇ ਗੁਰਦੇਵ ਸਿੰਘ ਭੋਗਲ ਜੀ, ਭਾਈ ਇੱਕ ਉਹ ਮੱਖੀ ਆ ਜਿਹੜੀ ਯਾਨੀ ਕਿ ਸ਼ਹਿਦ ਬਣ ਰਹੀ ਹੈ ਅਤੇ ਇੱਕ ਗੰਦਗੀ ਆ। ਸਲੂਟ ਆ ਜੀ, ਅਗਲੀ ਕੋਲ ਲਓ। ਹੈਲੋ ਜੀ, ਜਗਦੇਵ ਕੰਧ ਕਿੱਥੋਂ ਬੋਲਦੇ ਜੀ? ਹਾਂ ਜੀ, ਕਹਿਣ ਸਾਹਿਬ ਜਗਦੇਵ ਜੀ, ਧੰਨ ਗੁਰਦੇਵ ਜੀ, ਪਿਆਲਾ ਬੰਗੜ ਬੋਲ ਰਿਹਾ ਜੀ, ਆਓ ਸਰ ਜੀ ਆਓ ਜੀ। ਹਾਂ ਜੀ, ਤੂੰ ਅਤੇ ਮੈਂ ਅਤੇ ਤੂੰ, ਆਪਾਂ ਇੱਕ ਹਾਂ। ਵਾਹ ਜੀ, ਜਦ ਤਾਈਂ ਆਪਾਂ ਇੱਕ ਨਹੀਂ ਹੁੰਦੇ ਉੱਥੇ ਤੂੰ ਤੂੰ ਮੈਂ ਚੱਲਦੀ ਰਹਿੰਦੀ ਹੈ, ਤੂੰ ਮੈਂ ਨੂੰ ਗਵਾ ਕੇ ਇੱਕ ਬਣਨਾ ਹੈ ਕਿ ਚਾਰੇ ਪਾਸੇ ਤੂੰ ਹੀ ਤੂੰ ਹੈ, ਦੂਸਰਾ ਚਿਹਰਾ ਕੋਈ ਨਹੀਂ, ਹੁਣ ਮੇਰੇ ਲਈ ਇਧਰ ਤੇਰਾ ਵੀ ਸਜਾ ਬਖੇਰਾ ਕੋਈ ਨਹੀਂ, ਕਿਉਂਕਿ ਚਾਰੇ ਪਾਸੇ ਤੂੰ ਹੀ ਤੂੰ ਹੈ,
ਦੂਸਰਾ ਚਿਹਰਾ ਕੋਈ ਨਹੀਂ। ਮੈਂ ਆਪਣੇ ਸਬਰ ਦੀ ਹੱਦ ਜਾਣ ਲਈ, ਆਪਣੇ ਸਿਦਕ ਦੀ ਰੱਖ ਪਛਾਣ ਲਈ, ਤੂੰ ਪਾਸ ਹੋਵੇਂ ਜਾਂ ਦੂਰ ਗੁਜ਼ਰੇ, ਮੇਰੇ ਜੇ ਚ ਫਾਸਲਾ ਹੁਣ ਬਡੇਰਾ ਤੇਰਾ ਮੇਰਾ ਕੋਈ ਨਹੀਂ। ਕਿਉਂਕਿ ਚਾਰੇ ਪਾਸੇ ਤੂੰ ਹੀ ਤੂੰ ਹੈ, ਦੂਸਰਾ ਚਿਹਰਾ ਕੋਈ ਨਹੀਂ। ਰੂਪ ਜੀ, ਪ੍ਰੇਮ ਦੀ ਸੀਮਤ ਹੁੰਦੀ ਨਹੀਂ, ਕੀਮਤ ਇਸ਼ਕ ਜਰਾਨੇ ਦੀ ਕੀ ਨੇ ਬੰਨੀ, ਹੱਦਾਂ ਪਰ ਕਰਾਂਗਾ ਮੈਂ ਇੰਤਜ਼ਾਰ ਤੇਰਾ, ਮੇਰੀ ਉਮਰ ਤੇਰੇ ਲਈ ਸ਼ਾਇਦ ਇੰਨੀ ਲੰਬੇਰੀ, ਬਸ ਤੇਰੀ ਕੋਈ ਨਹੀਂ। ਕਿਉਂਕਿ ਚਾਰੇ ਪਾਸੇ ਤੂੰ ਹੈ ਤੂੰ ਹੈ, ਦੂਸਰਾ ਚਿਹਰਾ ਕੋਈ ਨਹੀਂ। ਤੇਰੇ ਦਰ ਤੋਂ ਖੈਰ ਗਵਾਂ ਦੀ ਹੱਸ ਕੇ ਚੋਲੀ ਪਾਈ ਮੈਂ, ਦਰਦ ਤੇਰਾ ਦਰਦ ਵੀ ਤੇਰਾ, ਹਾਂ ਹੁਣ ਖੁਸ਼ੀ ਬਣਾਈ ਮੈਂ। ਕਰਦੇ ਕਰਦੇ ਅਡੀ ਮੈਂ ਜੀ ਜਾਵਾਂਗਾ ਤੇਰੇ ਲਈ, ਹਰ ਪਹਿਰ ਸੋਨ ਸਵੇਰਾ ਮੇਰਾ ਹਨੇਰਾ ਕੋਈ ਨਹੀਂ ਕੋਈ ਨਹੀਂ। ਚਾਰੇ ਪਾਸੇ ਤੂੰ ਹੀ ਤੂੰ ਹੈ, ਦੂਸਰਾ ਚਿਹਰਾ ਕੋਈ ਨਹੀਂ। ਤੇਰੀ ਉਮੀਦ ਬਣ ਕੇ ਮਰੀਦ ਆ ਸਹਾਰੇ ਜਿੰਦ ਗੁਜ਼ਾਰਾਂਗਾ ਮੈਂ, ਜੇ ਸਾਹ ਲੈਣੇ ਪਏ ਹਵਦਾਰੇ, ਕਰ ਨੂੰ ਆਖਾਂਗੇ ਕੋਈ ਰੇਖ ਚ ਮੇਖ ਮਾਰੇ, ਦੀਦਾਰੇ ਮਹਿਬੂਬਾ ਤੋਂ ਚੰਗੇਰਾ ਚੰਗੇਰਾ ਕੋਈ ਨਹੀਂ। ਕਿਉਂਕਿ ਚਾਰੇ ਪਾਸੇ ਤੂੰ ਹੀ ਤੂੰ ਹੈ, ਦੂਸਰਾ ਚਿਹਰਾ ਕੋਈ ਨਹੀਂ। ਦੁੱਖ ਵੀ ਆਏ ਤਾਂ ਕਿਹੜੀ ਅਨੋਖੀ ਬਾਤ ਹੈ, ਹਰ ਪ੍ਰਭਾਤ ਪਿੱਛੋਂ ਚਿੱਟਾ ਦਿਨ ਹੋ ਨਿਬੜਦਾ, ਅੰਧੇਰੀ ਰਾਤ ਹੈ, ਅੱਜ ਜੇ ਬੁਰਾ ਹੈ ਤਾਂ ਕੱਲ ਅੱਛਾ ਵੀ ਹੋ ਗੁਜ਼ਰਾ ਹੈ। ਇਹ ਆਵਾਗਮਨ ਦਾ ਚੱਕਰ ਟਿੱਕ ਬਹਿੰਦੇ ਬਹਿੰਦੇ ਕਦੇ ਸਵੇਰਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਮੇਰੀ ਇਹ ਤਨਹਾਈ ਪਰ ਨਿਬੜੇ ਨਾ ਹੋ ਸਧਾਈ, ਨਿਬੜੇ ਨਾ ਹੋ ਸਥਾਈ, ਬਿਆਸ ਨਿਮਾਣੀ ਮੈਨੂੰ ਕਦੇ ਰਾਸ ਨਾ ਆਈ, ਮੈਂ ਤੇਰੇ ਲਈ ਉਕਰਾਂਗਾ ਸ਼ਾਇਰੀ। ਦੇਖੋ ਜਿਹੜੀ ਬਾਤ ਹੈ ਉਹ ਹੋਣੀ ਆ। ਮੈਂ ਤੇਰੇ ਲਈ ਉਕਰਾਂਗਾ ਸ਼ਾਇਰੀ ਜੋ ਤੈਨੂੰ ਬੜੀ ਪਿਆਰੀ, ਕਵਿਤਾ ਤੋਂ ਚੰਗੇਰਾ ਸਾਥ ਨੇੜਾ ਪਿਆਰੇ, ਤੇਰਾ ਮੇਰਾ ਕੋਈ ਨਹੀਂ। ਕਵਿਤਾ ਮੇਰੀ ਜਿੰਦ ਜਾਨ ਹੈ, ਮੇਰੀ ਇਹ ਤਨਹਾਈ ਨਿਬੜੇ ਨਾ ਹੋ ਸਥਾਈ, ਬਿਆਸ ਨਿਮਾਣੀ ਮੈਨੂੰ ਕਦੇ ਰਾਸ ਨਾ ਆਈ, ਮੈਂ ਤੇਰੇ ਲਈ ਉਕਰਾਂਗਾ ਸ਼ਾਇਰੀ ਜੋ ਤੈਨੂੰ ਬੜੀ ਪਿਆਰੀ, ਕਵਿਤਾ ਤੋਂ ਚੰਗੇਰਾ ਸਾਥ ਨੇੜਾ ਪਿਆਰੇ, ਤੇਰਾ ਮੇਰਾ ਕੋਈ ਨਹੀਂ। ਕਿਉਂਕਿ ਚਾਰੇ ਪਾਸੇ ਤੂੰ ਹੀ ਤੂੰ ਹੈ, ਦੂਸਰਾ ਚਿਹਰਾ ਕੋਈ ਨਹੀਂ, ਦੂਸਰਾ ਚਿਹਰਾ ਕੋਈ ਨਹੀਂ, ਦੂਸਰਾ ਚਿਹਰਾ ਕੋਈ ਨਹੀਂ। ਥੈਂਕ ਯੂ ਦੋਸਤੋ, ਬਹੁਤ ਬਹੁਤ ਧੰਨਵਾਦ ਸਰ ਜੀ, ਬਹੁਤ ਬਹੁਤ ਧੰਨਵਾਦ ਜੀ, ਕਿਆ ਬਾਤ ਆ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰੇਲਾਲ ਮੰਗਲ ਜੀ, ਤੂੰ ਤੂੰ ਮੈਂ ਤੇ ਸੁਣਾ ਕੇ ਗਏ ਨੇ। ਸੋ ਇਸੇ ਤਰ੍ਹਾਂ ਬੁੱਲੇ ਸ਼ਾਹ ਜੀ ਵੀ ਕਹਿੰਦੇ ਕਿ ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਕਰਕੇ
ਹਰੇ ਕੋ ਲਓ ਜੀ। ਹੈਲੋ ਜੀ, ਜੈ ਗੁਰਦੇਵ ਕੌਣ ਤੋਂ ਕਿੱਥੋਂ ਬੋਲਦੇ ਜੀ? ਜੈ ਗੁਰਦੇਵ ਜੀ, ਬਲਬੀਰ ਜੀ, ਜੈ ਗੁਰਦੇਵ ਰੂਪ ਸਵਾਈ ਜੋਗਿੰਦਰ ਮੇਰੇ ਜੀ ਵੀ ਬੋਲਦੇ ਜੀ। ਆਓ ਜੀ, ਜੋਗੀ ਜੀ ਆਓ ਜੀ, ਆਓ ਜੀ, ਕੀ ਲੈ ਕੇ ਆਏ ਹੋ? ਆਪਣੇ ਕੋਲ ਟਾਈਮ ਬਹੁਤ ਥੋੜਾ, ਆ ਜੋ ਜੀ। ਤੁਸੀਂ ਮੇਰਾ ਰੱਬ ਮੇਰੀ ਜਿੰਦ ਜਾਨ ਵੇ, ਮੈਨੂੰ ਆਪਣੀ ਬਣਾ ਲਾ ਰੱਖ ਮਾਨ ਵੇ। ਵਾਹ, ਤੁਸੀਂ ਮੇਰਾ ਰੱਬ ਮੇਰੀ ਜਿੰਦ ਜਾਨ ਵੇ, ਮੈਨੂੰ ਆਪਣੀ ਬਣਾ ਲਾ ਰੱਖ ਮਾਨ ਵੇ। ਤੂੰ ਮੰਗਿਆ ਸੀ ਦਿਲ ਤੈਨੂੰ ਦਿੱਤਾ ਮੈਂ, ਤੇਰੇ ਪ੍ਰੇਮ ਦਾ ਪਿਆਲਾ ਭਰ ਪੀਤਾ ਮੈਂ, ਜੋੜੀ ਬਣੀ ਰਹੇ ਵਿੱਚ ਜਹਾਨ ਦੇ, ਮੈਨੂੰ ਆਪਣੀ ਬਣਾ ਲਾ ਰੱਖ ਮਾਨ ਵੇ। ਸਾਂਝੂ ਮੁਰਾਦੀ ਪਾਈ ਮੈਂ ਨਿਭਾਵਾਂਗੀ, ਤੈਨੂੰ ਛੱਡ ਕੇ ਕਦੇ ਵੀ ਨਾ ਜਾਵਾਂਗੀ, ਮੈਂ ਅਲਣ ਕੁਆਰੀ ਅਣਜਾਣ ਵੇ, ਮੈਨੂੰ ਆਪਣੀ ਬਣਾ ਲਾ ਰੱਖ ਮਾਨ ਵੇ। ਤੈਨੂੰ ਕਸਮ ਹੈ ਮਾਇਆ ਮੇਰੇ ਪਿਆਰ ਦੀ, ਪਾਈ ਗਲ ਬੱਕੜੀ ਤੇ ਬਾਹਾਂ ਵਾਲੇ ਹਾਰ ਦੀ, ਤੈਨੂੰ ਕਸਮ ਹੈ ਮਾਇਆ ਮੇਰੇ ਪਿਆਰ ਦੀ, ਪਾਈ ਗਲ ਬੱਕੜੀ ਤੇ ਬਾਹਾਂ ਵਾਲੇ ਹਾਰ ਦੀ, ਕਿਤੇ ਨਜ਼ਰਾਂ ਨਾ ਸਾਨੂੰ ਲੱਗ ਜਾਣ ਵੇ, ਕਿਤੇ ਨਜ਼ਰਾਂ ਨਾ ਸਾਨੂੰ ਲੱਗ ਜਾਣ ਵੇ, ਮੈਨੂੰ ਆਪਣੀ ਬਣਾ ਲਾ ਰੱਖ ਮਾਨ ਵੇ। ਦਿਲ ਟੁੱਟੇ ਹੋਏ ਕਦੇ ਨਾ ਮਾਇਆ ਜੁੜਦੇ, ਲੰਘੇ ਵਕਤ ਪਾਣੀ ਨਾ ਕਦੇ ਮੁੜਦੇ, ਦਿਲ ਟੁੱਟੇ ਹੋਏ ਕਦੇ ਨਾ ਮਾਇਆ ਜੁੜਦੇ, ਲੰਘੇ ਵਕਤ ਪਾਣੀ ਨਾ ਕਦੇ ਮੁੜਦੇ, ਦਿਲ ਕੱਢ ਜਾ ਕਰ ਲੈ ਪਛਾਣ ਵੇ, ਦਿਲ ਕੱਢ ਲੈ ਜਾ ਕਰ ਲੈ ਪਛਾਣ ਵੇ, ਮੈਨੂੰ ਆਪਣੀ ਬਣਾ ਲਾ ਰੱਖ ਮਾਨ ਵੇ। ਜੋਗੀ ਜੋੜੇ ਰੱਬ ਹੀ ਬਣਾਉਂਦਾ ਆ, ਜਾਨ ਮਿੱਟੀ ਦੇ ਬੁੱਤਾਂ ਦੇ ਵਿੱਚ ਪਾਉਂਦਾ ਆ, ਪਾੜੀ ਬਾਣੀ ਨੂੰ ਕੁ ਕੀਤਾ ਪਰਮਾਨ ਵੇ, ਧੰਨਵਾਦ ਕਰਦੇ ਹਾਂ। ਸੋ ਇਸ ਦੇ ਨਾਲ ਹੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਾਂਛੀ ਟੀਵੀ ਦੇ ਜਿਹੜੇ ਅਸੀਂ ਪ੍ਰੋਗਰਾਮ ਲੈ ਕੇ ਆਈਦਾ ਹੈ, ਆਪਣੇ ਵਿਚਾਰ, ਇਹ ਜੋ ਆਪਣੇ ਵਿਚਾਰ ਸਾਡੇ ਆਪ ਦੇ ਵਿਚਾਰ ਹੀ ਹੁੰਦੇ ਨੇ, ਇਸ ਦੇ ਵਿੱਚ ਕਾਂਛੀ ਟੀਵੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਕਾਂਛੀ ਟੀਵੀ ਦੀ ਮੈਨੇਜਮੈਂਟ ਦਾ, ਜਿਨ੍ਹਾਂ ਦੀ ਬਦੌਲਤ ਅਸੀਂ ਹਮੇਸ਼ਾ ਹੀ ਤੁਹਾਡੇ ਰੂਬਰੂ ਹੋਈਦਾ ਹੈ। ਸੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸੋ ਗੱਲ ਚੱਲ ਰਹੀ ਹੈ, ਤੂੰ ਅਤੇ ਮੈਂ ਅਗਲੀ ਕਾਲ। ਹੈਲੋ ਜੀ, ਜੈ ਗੁਰਦੇਵ ਕੌਣ ਤੋਂ ਕਿੱਥੋਂ ਬੋਲਦੇ ਜੀ? ਹੈਲੋ ਹੈਲੋ ਭਾਜੀ, ਜੈ ਗੁਰਦੇਵ। ਧੰਨ ਗੁਰਦੇਵ ਜੀ, ਆ ਜਾਓ ਜੀ, ਆਪ ਆਪਣੇ ਕੋਲ ਟਾਈਮ ਬਹੁਤ ਸ਼ੋਰਟ ਹੈ ਬੀਬੀ ਜੀ, ਆ ਜਾਓ। ਮੈਂ ਦੋ ਹੀ ਲੈਣਾ ਕਹਿਣੀ ਆ। ਆ ਜਾਓ ਜੀ, ਆ ਜਾਓ। ਮੈਂ ਤੇਰੇ ਇਸ਼ਕ ਮੇ ਮਰਨਾ ਜਾਓ ਕਹੀਂ, ਤੂੰ ਮੁਝੇ ਆਜ਼ਮਾਨੇ ਕੀ ਕੋਸ਼ਿਸ਼ ਨਾ ਕਰ, ਮੈਂ ਤੇਰੇ ਇਸ਼ਕ ਮੇ ਮਰਨਾ ਜਾਓ ਕਹੀਂ, ਤੂੰ ਮੁਝੇ ਆਜ਼ਮਾਨੇ ਕੀ ਕੋਸ਼ਿਸ਼ ਨਾ ਕਰ, ਖੂਬਸੂਰਤ ਹੈ ਤੂੰ
ਸੋ ਮੈਂ ਵੀ ਹਸੀ ਮੁਸੇ ਨਜ਼ਰੇ ਚੁਰਾਨੇ ਕੀ ਕੋਸ਼ਿਸ਼ ਨਾ ਕਰ ਮੈਂ ਤੇਰੇ ਇਸ਼ਕ ਮੇਂ। ਜੈ ਗੁਰਦੇ ਭਾਜੀ, ਬਹੁਤ ਬਹੁਤ ਧੰਨਵਾਦ ਬੀਬੀ ਜੀ, ਸਾਡੇ ਸ਼ਕੁੰਤਲਾ ਦਾਦਰਾ ਜੀ ਧੰਨਵਾਦ ਕਰਦੇ ਹਾਂ। ਸੋ ਆਪਣੇ ਕੋਲ ਹੁਣ ਟਾਈਮ ਜਿਹੜਾ ਹੈ ਤਕਰੀਬਨ 2-2.5 ਮਿੰਟ ਹੈ, ਅਗਰ ਕੋਈ ਹੋਰ ਕੋਲ ਆਈ ਆਪਾਂ ਨੂੰ ਤਾਂ ਸ਼ਾਇਦ ਆਪਾਂ 1 ਮਿੰਟ ਵਾਸਤੇ ਲੈ ਸਕਦੇ ਹਾਂ। ਲੈ ਲਓ ਜੀ ਕੋਲ। ਹੈਲੋ ਜੀ, ਜੈ ਗੁਰਦੇਵ ਕੌਣ ਤੋਂ ਕਿੱਥੋਂ ਬੋਲਦੇ ਜੀ? ਹਾਂਜੀ ਜੈ ਗੁਰਦੇਵ ਜੀ, ਆਓ ਜੀ, ਆਓ ਜੀ ਵਿਰਦੀ ਜੀ, ਆ ਜਾਓ ਜਲਦੀ ਜਲਦੀ ਆ ਜਾਓ ਜੀ। ਹਾਂਜੀ ਟਾਈਮ ਥੋੜਾ ਰਹਿ ਗਿਆ, ਮੈਂ ਤੁਹਾਨੂੰ ਵਧਾਈਆਂ ਦੇਣਾ, ਟੌਪਿਕ ਬਹੁਤ ਸੋਹਣਾ ਸੀ ਤੇ ਜਿਹੜਾ ਗੋਰਾ ਕੌਂਡਾ ਨਾ ਉਹ ਵੀ ਚੰਗਾ ਲੱਗਿਆ ਜੀ, ਅਗਲੀ ਵਾਰ ਸੁਣ ਲਵਾਂਗੇ। ਹਾਂਜੀ ਥੈਂਕ ਯੂ ਤੁਹਾਡਾ, ਥੈਂਕ ਯੂ। ਨਹੀਂ ਉਹ ਮੈਂ ਜਿਹੜਾ ਲੇਟ ਹੋ ਗਿਆ ਤਾਂ ਮੈਂ ਕਵਿਤਾ ਲਿਖਦਾ ਸੀ ਤੇ ਉਹ ਫਿਰ ਨਾ ਹੁਣ ਟਾਈਮ ਹੋ ਗਿਆ ਫੇਰ ਕੇ ਤੁਹਾਡੇ ਕੋਲ 1 ਮਿੰਟ ਹੈ ਜੇ ਕਹੋ ਤੇ। ਨਹੀਂ ਲੰਮੀ ਕਵਿਤਾ, ਠੀਕ ਹੈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਸਹੀ। ਅੱਛਾ ਜੀ ਚੰਗਾ ਜੀ, ਬਹੁਤ ਬਹੁਤ ਧੰਨਵਾਦ ਜੀ ਸਾਡੇ, ਧੰਨਵਾਦ ਜੀ ਧੰਨਵਾਦ, ਥੈਂਕ ਯੂ ਜੀ ਸਾਡੇ ਆਤਮ ਵਿਰਜੀ ਦੀ ਵਿਰਦੀ ਜੀ। ਥੋੜ੍ਹਾ ਜਿਹਾ ਲੇਟ ਹੋ ਗਿਆ, ਕਵਿਤਾ ਲਿਖ ਰਹੇ ਸੀਗੇ ਪਰ ਥੋੜ੍ਹੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੀ। ਹਾਂਜੀ ਲੰਬੀ ਕਵਿਤਾ, ਹਾਂਜੀ ਹਾਂਜੀ। ਤੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਅੱਜ ਕੋਲਰ ਆਏ ਨੇ, ਆਪਣੇ ਆਪਣੇ ਵਿਚਾਰ ਦੇ ਕੇ ਗਏ ਨੇ। ਸੋ ਬਹੁਤ ਹੀ ਵਧੀਆ ਲੱਗੇ ਤੁਹਾਡੇ ਵਿਚਾਰ, ਔਰ ਅਸੀਂ ਉਹਨਾਂ ਤੋਂ ਵੀ ਸੋਰੀ ਮੰਗਦੇ ਹਾਂ ਹਮੇਸ਼ਾ ਹੀ ਕਿ ਜੋ ਸਾਡੇ ਕੋਲਰ ਕੋਲ ਕਰਦੇ ਆ ਮਗਰ ਵਿਚਾਰਿਆਂ ਨੂੰ ਬਹੁਤ ਇੰਤਜ਼ਾਰ ਕਰਨੀ ਪੈਂਦੀ ਆ। ਸੋ ਇਸ ਕਰਕੇ ਅਸੀਂ ਉਹ ਸਾਰੇ ਕੋਲਰਾਂ ਤੋਂ ਬਹੁਤ ਬਹੁਤ ਸੋਰੀ ਹਾਂ, ਮਗਰ ਕੋਸ਼ਿਸ਼ ਹਮੇਸ਼ਾ ਜਾਰੀ ਰੱਖਣੀ ਹੈ, ਕੋਲ ਕਰਨੋਂ ਨਹੀਂ ਹਟਣਾ ਕਿਉਂਕਿ ਕੋਲ ਲੱਗ ਹੀ ਜਾਂਦੀ ਹੁੰਦੀ ਹੈ ਅਤੇ ਕਈ ਵਾਰ ਲਾਈਨਾਂ ਬੀਜੀ ਹੋਣ ਕਰਕੇ ਅੱਗੇ ਪਿੱਛੇ ਹੋ ਜਾਂਦੇ। ਅਸੀਂ ਵੀ ਮਿਸ ਕਰਦੇ ਹਾਂ ਜਿਹੜਾ ਜਿਹੜਾ ਦੇ ਨਹੀਂ, ਬਿਲਕੁਲ ਜੀ ਅਸੀਂ ਵੀ ਉਹਨਾਂ ਨੂੰ ਬਹੁਤ ਮਿਸ ਕਰਦੇ ਹਾਂ ਜੀ। ਹਾਂਜੀ ਠੀਕ ਹੈ ਜੀ, ਤੋ ਲਓ ਜੀ ਹੁਣ ਅਸੀਂ ਆਪਾਂ ਹੋਰ ਕੋਈ ਕੋਲ ਨਹੀਂ ਲਵਾਂਗੇ ਅਤੇ ਇੱਕ ਇਸ ਇੱਦਾਂ ਹੀ ਜਿਸ ਤਰ੍ਹਾਂ ਆਪਾਂ ਹਮੇਸ਼ਾ ਕਹੀਦਾ ਹੈ, ਅਸੀਂ ਤੇਰੇ ਸ਼ਹਿਰੀ ਨੂੰ, ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਹਾਂ, ਉਹ ਦੋਸਤਾਂ ਦੀ ਦੋਸਤੀ ਦੇ, ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚੱਲੇ ਹਾਂ, ਅਸਾਂ ਤੇਰੇ ਸ਼ਹਿਰ ਨੂੰ, ਅਸਾਂ ਤੇਰੇ ਸ਼ਹਿਰ ਨੂੰ। ਤੋ ਇਸ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਇਸੇ ਤਰ੍ਹਾਂ ਅਗਲੇ ਹਫ਼ਤੇ ਅਸੀਂ ਕਿਸੇ ਨਾ ਹੋਰ ਵੱਖਰੇ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਅਤੇ ਉਦੋਂ ਤੱਕ ਮੇਰੇ ਵੱਲੋਂ ਜਾਣੀ ਰੂਪ ਸਮਰਾਏ, ਮੇਰੇ ਵੀਰ ਬਲਬੀਰ ਕੈਨ ਜੀ, ਸਾਡੇ ਵੀਰ ਵਿਜੇ ਮੋਮੀ ਜੀ ਔਰ ਸਾਡੇ ਕਾਂਛੀ ਟੀ ਵੀ ਦੀ ਮੈਨੇਜਮੈਂਟ, ਸਾਡੇ ਸਾਰੇ ਵੱਲੋਂ ਹੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਜੈ ਗੁਰਦੇਵ, ਧੰਨ ਧੰਨ ਗੁਰਦੇਵ।